ਬਹੁਤ ਵਧਾਈਆ ਅੱਜ ਮੁਬਾਰਕ ਦਿਨ ਜਦੋਂ ਗੁਰੂ ਸਾਹਿਬ ਨੇ ਸਾਨੂੰ ਜਨਮ ਦਿੱਤਾ ਤੇ ਇਹ 723 ਦਾ ਇਤਿਹਾਸ ਪੁਵਕ ਸਾਰਾ ਕੁਝ ਬਦਲ ਗਿਆ ਉਹ ਲੱਖੇ ਸਦਾਣੇ ਜਾਂ ਹੋਰ ਜਿਨ੍ਹਾਂ ਨਾਲ ਉਹਨਾਂ ਦੇ ਵਿਚਾਰਧਾਰਕ ਮਤ ਭੇਦ ਦਾ ਜਾਂ ਜਿਨ੍ਹਾਂ ਤੋਂ ਪਹਿਲਾਂ ਉਹਨਾਂ ਨੂੰ ਮਤਲਬ ਪ੍ਰੋਬਲਮ ਵੀ ਰਹੀ ਆ ਉਹਨਾਂ ਬਾਰੇ ਨੋਟਸ ਹੀ ਨਹੀਂ ਲੈਣਾ ਚਾਹੁੰਦੇਗੇ ਤੇ ਇਸ ਕਰਕੇ ਉਹਨਾਂ ਨੇ ਕੋਈ ਮਤਲਬ ਇਹਦੇ ਤੇ ਬਹੁਤਾ ਵਧੀਆ ਕਾਰਗੁਜ਼ਾਰੀ ਨਹੀਂ ਕੀਤੀ ਇਹ ਬਹੁਤ ਮਾੜੀ ਗੱਲ ਆ ਲੱਖੇ ਸਦਾਣੇ ਦਾ ਯੋਗਦਾਨ ਬਹੁਤ ਆ ਹੋਰ ਜਿਹੜੇ ਵੀ ਦਾ ਦੀਪ ਸਿੱਧੂ ਆ ਜਾਂ ਹੋਰ ਉਹਨਾਂ ਦਾ ਬਹੁਤ ਯੋਗਦਾਨ 21 ਜਨਵਰੀ ਜਿਹੜਾ ਉਹ ਇੱਕ ਇਤਿਹਾਸਕ ਵਰਤਾਰਾ ਸੀ ਪੰਜਾਬ ਦਾ ਤੁਸੀਂ ਇਤਿਹਾਸ ਪੜੋ ਸ਼ਾ ਮੁਹੰਮਦ ਐਡਾ ਵੱਡਾ ਕਵੀ ਕਹਿੰਦਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਬਿਲਕੁਲ ਮੋਰਚੇ ਤੇ ਘੰਟੇ-ਘੰਟੇ ਬਾਅਦ ਪੈਸੇ ਦਾ ਐਲਾਨ ਕਰਦੇ ਆ ਕਿੰਨਾ ਪੈਸਾ ਇਕੱਠਾ ਹੋਇਆ 25-25 ਲੱਖ ਰੁਪਈਆ 20-20 ਲੱਖ ਰੁਪਈਆ ਨਿੱਤ ਦਾ ਉੱਥੇ ਇਹ ਮੋਰਚੇ ਨੂੰ ਦਿੱਤਾ ਜਾਂਦਾ 32 32 ਦੇ ਵਿੱਚ ਜਿਹੜਾ ਯੂਕਰੇਨ ਦੇ ਵਿੱਚ 7-8 ਲੱਖ ਕਥਾਨ ਮਾਰਤਾ ਸਸੀ ਕਾਲ ਜੀ ਤੁਸੀਂ ਵੇਖ ਰਹੇ ਹੋ ਜਾਗਰੂ ਕਿਰਤੀ ਪੰਜਾਬ ਚੈਨਲ ਅੱਜ ਅਸੀਂ ਆਏ ਹੋਏ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕੁਝ ਦੋ ਤਿੰਨ ਗੱਲਾਂ ਕਰਨੀਆਂ ਸੀਗੀਆਂ ਤੇ ਸਾਡੇ ਨਾਲ ਵੀਰ ਸਿਮਰਜੀਤ ਸਿੰਘ ਨੇ ਜਿਹੜੇ ਯੂਨੀਵਰਸਿਟੀ ਤੋਂ ਪੀਐਸਡੀ ਕਰਦੇ ਪਏ ਨੇ ਤੇ ਵੀਰੋਨਾਂ ਦਾ ਕਾਫੀ ਚੰਗਾ ਤਜਰਬਾ ਹੈਗਾ ਪੰਜਾਬ ਦੇ ਵਿੱਚ ਗੁਰੂਆਂ ਦੀ ਦੇਣ ਸਿੱਖ ਇਨਕਲਾਬ ਭਾਵੇਂ ਉਹ ਖਾਲਸਾਤਨ ਦੀ ਮੂਵਮੈਂਟ ਸੀਗੀ ਤੇ ਕਿਵੇਂ ਪੰਜਾਬ ਦੇ ਹੀ ਕੁਝ ਇਨਕਲਾਬੀਆਂ ਨੇ ਉਹਦੇ ਵਿਰੁੱਧ ਭੁਗਤੇ ਤਾਂ ਇੱਕ ਹੋਰ ਖਾਸ ਗੱਲ ਹੈ ਕਿ ਵੀਰ ਨੂੰ ਇਹਨਾਂ ਦਾ ਕਿਸਾਨੀ ਅੰਦੋਲਨ ਦੇ ਵਿੱਚ ਤਾਂ ਪੂਰੀ ਜਿੰਦ ਜਾਨ ਨੇ ਲਾਈ ਸੀਗੀ ਬਟ ਐਡੀ ਕੋਈ ਭੂਮਿਕਾ ਨਹੀਂ ਸੀਗੀ ਜਿਹਨੂੰ ਆਪਾਂ ਕਹੀਏ ਕਿ ਇਹਨਾਂ ਨੂੰ ਵੀ ਉਹਦੇ ਕਰਕੇ ਗਦਾਰ ਕਹਿ ਦਿੱਤਾ ਗਿਆ ਇਹਨਾਂ ਦੇ ਸਮਾਜਿਕ ਬਾਈਕਾਟ ਦਾ ਸੱਦਾ ਕੁਝ ਜਥੇਬੰਦੀਆਂ ਨੇ ਦਿੱਤਾ ਪਰ ਉਹ ਖੁੱਲ ਕੇ ਸਾਹਮਣੇ ਨਹੀਂ ਆਈਆਂ ਤੇ ਵੀਰ ਹੋਰਾਂ ਦੀ ਬੜੀ ਬਖਸ਼ਿਸ਼ਾ ਗੁਰੂ ਦੀ ਕਿ ਬਹੁਤ ਹੀ ਇਹ ਡੂੰਗੀ ਚਰਚਾ ਤੇ ਵਿਚਾਰ ਤੇ ਸਮਝ ਰੱਖਦੇ ਨੇ ਸਿੱਖ ਇਤਿਹਾਸ ਦੇ ਪ੍ਰਤੀ ਪੰਜਾਬ ਦੇ ਵਿੱਚ ਗੁਰੂਆਂ ਦੀ ਦੇਣ ਜੋ ਹੈਗੀ ਹੈ ਤਾਂ ਇਸ ਤੋਂ ਪਹਿਲਾਂ ਮੈਨੂੰ ਯਾਦ ਹੈ ਕਿ 2 ਸਾਲ ਪਹਿਲਾਂ ਕਾਮਰੇਡਾਂ ਵੱਲੋਂ ਕੁਝ ਐਵੇਂ ਦੀ ਚਲਾਕੀਆਂ ਕੀਤੀਆਂ ਗਈਆਂ ਸੀ ਖੱਬੇ ਪੱਖੀ ਜਿਹੜੀਆਂ ਯੂਨੀਵਰਸਿਟੀ ਦੇ ਵਿੱਚ ਇਹਨਾਂ ਦੀ ਮੂਵਮੈਂਟ ਜਿਵੇਂ ਚੱਲਦੀਆਂ ਨੇ ਤਾਂ ਗੁਰੂ ਨਾਨਕ ਸਾਹਿਬ ਨੂੰ ਇਹ ਜਿਹੜੇ ਖੱਬੇ ਪੱਕੀ ਸੀ ਉਹ ਗੁਰੂ ਨਾਨਕ ਪਾਤਸ਼ਾਹ ਦੇ ਜਿਹੜਾ ਸਮਾਗਮ ਇਸ ਵਾਰ ਪੰਜਾਬ ਸਰਕਾਰ ਨੇ ਕਰਾਇਆ ਹੈ ਤਾਂ ਉਹਦੇ ਵਿੱਚ ਇਹ ਐਮ ਭੂਮਿਕਾ ਨਿਭਾ ਰਿਆ ਸੀਗੇ ਕਿਸੇ ਵੀ ਸਿੱਖ ਵਿਦਵਾਨ ਨੂੰ ਨਾਂ ਲਾ ਕੇ ਤਾਂ ਵੀਰ ਹੋਰਾਂ ਨੇ ਚੈਲੰਜ ਕੀਤਾ ਸੀ ਕਿ ਇਹ ਅਖੌਤੀ ਲੋਕ ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਪ੍ਰਭਾਸ਼ਾ ਦਾ ਹੀ ਨਹੀਂ ਪਤਾ ਹੈਗਾ ਗੁਰੂ ਸਾਹਿਬ ਦੇ ਕੰਮ ਕੀਤੇ ਨੇ ਜਦੋਂ ਉਹਨਾਂ ਨੂੰ ਇਹ ਸਲਾਹ ਨਹੀਂ ਕਰਦੇ ਤਾਂ ਫਿਰ ਇਹ ਕਿਵੇਂ ਸਿੱਖਾਂ ਦੀ ਗੁਰੂਆਂ ਦੀ ਏਡੀ ਮਹਾਨ ਦੇਣ ਨੂੰ ਲੋਕਾਂ ਸਾਹਮਣੇ ਦੱਸ ਸਕਦੇ ਨੇ ਇਹਨੂੰ ਪ੍ਰੈਜੈਂਟ ਕਰ ਸਕਦੇ ਨੇ ਤਾਂ ਵੀਰ ਨੇ ਕਾਮਰੇਡਾਂ ਨੂੰ ਲੁਕਾ ਰਿਆ ਸੀਗਾ ਕਿ ਤੁਹਾਡਾ ਕੋਈ ਵੀ ਤੁਹਾਡੇ ਹਿੰਦੁਸਤਾਨ ਦਾ ਪੰਜਾਬ ਦਾ ਕੋਈ ਵੀ ਤੁਹਾਡਾ ਸਕਾਲਰ ਹੋਵੇ ਕੋਈ ਵੀ ਵਿਦਵਾਨ ਹੋਵੇ ਉਹ ਮੇਰੇ ਨਾਲ ਬਹਿਸ ਕਰ ਲਵੇ ਵੀ ਤੁਹਾਡੀ ਕਾਮਰੇਡਾਂ ਦੀ ਕੀ ਦੇਣਾ ਹੈ ਤੇ ਮੈਂ ਸਿੱਖਧਰਮ ਦੀ ਦੱਸੂਗਾ ਦੇਣ ਕੀ ਹੈ ਤੇ ਅੱਜ ਵੀਰ ਨਾਲ ਆਪਾਂ ਗੱਲਬਾਤ ਕਰਦੇ ਹਾਂ ਵੀ ਜੀ ਸਵਾਗਤ ਹੈ ਤੁਹਾਡਾ ਜਾਗਰੂਕਿਰਤੀ ਪੰਜਾਬ ਦੇ ਵਿੱਚ ਵੈਰੀ ਗੁੱਡ ਠੀਕ ਆ ਖਾਲਸਾ ਵੈਰੀ ਗੁੱਡੀ ਕੀ ਫਤਿਹ ਤੇ ਅੱਜ ਖਾਲਸਾ ਸਾਜ ਇਹਨਾਂ ਦਿਵਸ ਹੈ ਸਾਡੇ ਲਈ ਵੀ ਖੁਸ਼ੀ ਦਾ ਮੌਕਾ ਹੈ ਤੇ ਤੁਹਾਨੂੰ ਵੀ ਖਾਲਸੇ ਦੇ ਜਨਮ ਦਿਨ ਦੀਆਂ ਖਾਲਸੇ ਦੇ ਪ੍ਰਗਟ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਬਹੁਤ ਵਧਾਈਆਂ ਅੱਜ ਉਹ ਮੁਬਾਰਕ ਦਿਨ ਜਦੋਂ ਗੁਰੂ ਸਾਹਿਬ ਨੇ ਸਾਨੂੰ ਜਨਮ ਦਿੱਤਾ ਤੇ ਇਹ 73 ਦਾ ਇਤਿਹਾਸ ਪੁਵਕ ਸਾਰਾ ਕੁਝ ਬਦਲ ਗਿਆ ਤੇ ਬਹੁਤ ਅੱਜ ਪਵਿੱਤਰ ਦਿਹਾੜਾ ਅੱਛਾ ਇੱਕ ਆਪਾਂ ਸ਼ੁਰੂ ਕਰਦੇ ਆ ਕਿ ਲੱਖੇ ਸਿਧਾਣੇ ਦੇ ਭਰਾ ਨੂੰ ਪਰਸੋਂ ਦਾ ਚੁੱਕਿਆ ਹੋਇਆ ਤੇ ਕੱਲ ਇੱਕ ਹੋਰ ਮੁੰਡਾ ਵੀ ਚੁੱਕ ਲਿਆ ਪਰ ਕਿਸੇ ਵੀ ਸੰਯੁਕਤ ਕਿਸਾਨ ਮੋਰਚੇ ਦੇ ਅਹਿਮ ਆਗੂ ਵੱਲੋਂ ਇੱਕ ਦੋ ਆਗੂ ਨੂੰ ਛੱਡ ਕੇ ਉਹਨਾਂ ਨੇ ਹਜੇ ਤੱਕ ਬਿਆਨ ਨਹੀਂ ਦਿੱਤਾ ਤਾਂ ਫਿਰ ਏਕਾ ਕੇ ਸਿਦਾ ਦਿਖਾਇਆ ਜਾ ਰਿਹਾ ਹੈ ਇਹ ਬਹੁਤ ਮਾੜੀ ਗੱਲ ਆ ਬਹੁਤ ਇਹ ਨਿੰਦਣੀਆਂ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਜਿਹੜੇ ਲੋਕ ਏਕਤਾ ਦਾ ਇਹ ਕਹਿ ਰਹੇ ਆ ਵੀ ਏਕਤਾ ਹੋਣੀ ਜ਼ਰੂਰੀ ਆ ਜਾਂ ਏਕਤਾ ਦਾ ਜਿਨ੍ਹਾਂ ਨੇ ਠੇਕਾ ਲਿਆ ਆ ਉਹ ਸਾਰਿਆਂ ਨੂੰ ਬਰਾਬਰ ਨਹੀਂ ਰੱਖ ਰਹੀਗੇ ਤੇ ਬਿਆਨ ਇੰਨੀ ਲੇਟ ਦੇਣਾ ਇਹ ਵੀ ਬਹੁਤ ਮਾੜੀ ਗੱਲ ਆ ਸਗੋਂ ਉਹਨਾਂ ਨੂੰ ਨਾਲ ਦੀ ਨਾਲ ਇਹਦਾ ਐਕਟਿਵਿਟੀ ਤੇ ਰਿਸਪੌਂਡ ਕਰਨਾ ਚਾਹੀਦਾ ਸੀ ਤੇ ਇਹਦੇ ਬਾਰੇ ਕੋਈ ਪ੍ਰੋਟੈਸਟ ਆ ਲਿਕਣਾ ਚਾਹੀਦਾ ਸੀ ਪਰ ਕਿਉਂਕਿ ਜਿਹੜਾ ਉਹਨ ਲੱਖੇ ਸਧਾਨੇ ਜਾਂ ਹੋਰ ਜਿਨ੍ਹਾਂ ਨਾਲ ਉਹਨਾਂ ਦੇ ਵਿਚਾਰਧਾਰਕ ਮਤ ਭੇਜਦਾ ਜਾਂ ਜਿਨ੍ਹਾਂ ਤੋਂ ਪਹਿਲਾਂ ਉਹਨਾਂ ਨੂੰ ਮਤਲਬ ਪ੍ਰੋਬਲਮ ਵੀ ਰਹੀ ਆ ਉਹਨਾਂ ਬਾਰੇ ਨੋਟਸ ਹੀ ਨਹੀਂ ਲੈਣਾ ਚਾਹੁੰਦੇਗੇ ਤੇ ਇਸ ਕਰਕੇ ਉਹਨਾਂ ਨੇ ਕੋਈ ਮਤਲਬ ਇਹਦੇ ਤੇ ਬਹੁਤਾ ਵਧੀਆ ਕਾਰਗੁਜ਼ਾਰੀ ਨਹੀਂ ਕੀਤੀਗੀ ਤੇ ਇਹ ਬਹੁਤ ਮਾੜੀ ਗੱਲ ਆ ਲੱਖੇ ਸਧਾਣੇ ਦਾ ਤੇ ਜੇ ਅੱਜ ਐਂ ਦੇਖੋ ਵੀ ਜਿਨ੍ਹਾਂ ਨੂੰ ਇਹ ਕਹਿੰਦੇ ਹੈ ਵੱਖਵਾਦੀ ਆ ਜਾਂ ਹੋਰ ਲੱਖੇ ਸਧਾਣੇ ਵਰਗਿਆਂ ਨੂੰ ਜੇ ਅੱਜ ਇਨ੍ਹਾਂ ਤੇ ਕਥਾਨ ਯੂਨੀਅਨ ਦੇ ਲੀਡਰਾਂ ਤੇ ਕੋਈ ਵਿਪਤਾ ਪਈ ਹੁੰਦੀ ਤਾਂ ਉਹਨਾਂ ਨੇ ਸਭ ਤੋਂ ਅੱਗੇ ਆਉਣਾ ਸੀਗਾ ਇਹ ਆਪਦਾ ਫਰਜ਼ ਕਿਉਂ ਨਹੀਂ ਤੇ ਆਣਦੇ ਅੱਛਾ ਇੱਕ ਗੱਲ ਹੈ ਕਿ ਜਿਵੇਂ 26 ਜਨਵਰੀ ਦੀ ਘਟਨਾ ਹੋਈ ਤੇ ਉਹਨੂੰ ਤੁਸੀਂ ਆਪਣੇ ਨਜ਼ਰੀਏ 'ਚ ਕਿਵੇਂ ਵੇਖਦੇ ਹੋ ਜਿਵੇਂ ਇਹਨਾਂ ਨੇ ਗਦਾਰ ਦੇ ਤਮਤ ਆਪਣੇ ਨਜ਼ਰ ਨੂੰ ਲਾਇਆ ਤੇ ਨਜ਼ਰੋਂ ਪਿੱਛੇ हट ਗਏ ਤੁਸੀਂ ਇਹ ਕੀ ਸੋਚਦੇ ਹੋ ਕਿ 26 ਜਨਵਰੀ ਦੀ ਘਟਨਾ ਤੁਹਾਡੇ ਮੁਤਾਬਕ ਸਹੀ ਸੀ ਜਾਂ ਗਲਤ ਸੀ 21 ਜਨਵਰੀ ਜਿਹੜਾ ਉਹ ਇੱਕ ਇਤਿਹਾਸਕ ਵਰਤਾਰਾ ਸੀ ਪੰਜਾਬ ਦਾ ਤੁਸੀਂ ਇਤਿਹਾਸ ਪੜੋ ਸ਼ਾਹ ਮੁਹੰਮਦ ਐਡਾ ਵੱਡਾ ਕਵੀ ਕਹਿੰਦਾ ਜੰਗ हिंद ਪੰਜਾਬ ਦਾ ਹੋਣ ਲੱਗਾ ਦੋਹੀ ਪਾਸੇ ਹੀ ਫੌਜਾਂ ਭਾਰੀਆਂ ਨੇ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਇਹ ਜਿਹੜੀ ਲੜਾਈ ਆ ਨੇਕੀ ਤੇ ਬਦੀ ਦੀ ਲੜਾਈ ਆ ਇੱਕ ਪਾਸੇ ਜ਼ਾਲਮ ਜ਼ੁਲਮ ਆ ਦੂਜੇ ਪਾਸੇ ਆਪਦੀ ਹੋਂਦ ਵਾਸਤੇ ਲੜਨ ਵਾਲੇ ਆ ਤੇ ਜਿਹੜਾ ਲਾਲ ਕਿਲਾ ਉਹ ਹਮੇਸ਼ਾ ਹੀ ਜ਼ਾਲਮਾਂ ਦੇ ਪ੍ਰਤੀਕ ਦੇ ਤੌਰ ਤੇ ਵਰਤੇ ਆ ਗਿਆ ਤੇ ਉੱਥੇ ਜ਼ਾਲਿਮਾਂ ਦੀ ਸਰਕਾਰ ਅਜ ਉਸ ਪਾਵਰ ਨੂੰ ਸੰਤੰਤਰ ਮਦასი ਇਹਨਾਂ ਨੂੰ ਕਾਮਰੇਡਾਂ ਤੋਂ ਕਾਫੀ ਪ੍ਰਭਾਵਿਤ ਸੀ ਪਰ ਇੱਕ ਨਰਪੱਖ ਕਵੀ ਸੀਗਾ ਉਹਨੇ ਲਾਲ ਕਿਲੇ ਵਾਲੇ ਕਿੱਡੀਆਂ ਵਧੀਆ ਗੱਲਾਂ ਕੀਤੀਆਂ ਹੈਗੀਆਂ ਤੇ ਉਹਨੂੰ ਕਿਵੇਂ ਰੈਵੋਲੂਸ਼ਨਰੀ ਸਿੰਬਲ ਦੇ ਤੌਰ ਤੇ ਵਰਤਿਆ ਇਹ ਘਾਤੋਂ ਉਸ ਚੀਜ਼ ਨੂੰ ਕਾਮਰੇਡ ਉਸ ਚੀਜ਼ ਤੋਂ ਮੁਨਕਰ ਹੋ ਰਹੇ ਆ 237 ਸਾਲ ਬਾਅਦ 237 38 ਸਾਲ ਬਾਅਦ 26 ਜਨਵਰੀ 2021 ਇੱਕ ਇਹੋ ਜਿਹਾ ਤਿਹਾਸਕ ਦਿਨ ਸੀਗਾ ਜਿੱਦਣ ਖਾਲਸੇ ਨੇ ਜ਼ਾਲਮ ਦੇ ਉਸ ਕਿਲੇ ਦੇ ਉੱਪਰ ਆਪਦਾ ਨਿਸ਼ਾਨ ਝੁਲਾਇਆ ਆਪਦੇ ਜਿਹੜੇ ਹੈਗੇ ਸਰਬੱਤ ਦੇ ਭਲੇ ਦਾ ਨਿਸ਼ਾਨ ਸਾਹਿਬ ਉੱਥੇ ਝੁਲਾਤਾ ਤੇ ਜ਼ਾਲਮ ਨੂੰ ਇੱਕ ਬਹੁਤ ਸਿਗਨੀਫੀਕੈਂਟ ਚੈਲੰਜ ਦਿੱਤਾ ਉਹਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਸੀਗਾ ਤੇ ਜੇ ਉਹ ਨਹੀਂ ਕੀਤਾ ਗਿਆ ਸ਼ਾ ਮੁਹੰਮਦ ਕਹਿੰਦਾ ਸ਼ਾ ਮੁਹੰਮਦ ਦਾ ਗੱਲ ਹੋਏਗੀ ਸੋਈ ਜੋ ਕਰੇਗਾ ਖਾਲਸਾ ਪੰਥ ਮੀਆਂ ਪੰਜਾਬ ਦੀ ਜਵਾਨੀ ਨੇ ਉਹ ਕਰਕੇ ਦਿਖਾਤਾ ਜੋ ਉਹਦੀ ਪਰੰਪਰਾ ਚ ਉਹਦੇ ਇਤਿਹਾਸ ਚ ਜਿਉਣ ਦਾ ਤਰੀਕਾ ਦੱਸਿਆ ਸੀਗਾ ਤੇ ਜ਼ਾਲਮ ਨੂੰ ਜਿਵੇਂ ਉਹ ਲੰਮੇ ਹੱਥੀ ਲੈਂਦੇ ਸੀ ਉਹਨੂੰ ਚੈਲੰਜ ਕਰਦੇ ਸੀਗੇ ਤੇ ਇਹ ਸੈਲੀਬ੍ਰੇਟ ਕਰਨਯੋਗ ਅੱਛਾ ਤੇ ਹੋਰ ਜਿਵੇਂ ਇੱਕ ਨਵੀਆਂ ਆਲਮ ਤਾ ਨਾਲਲ ਪੈਦਾ ਹੋ ਰਹੀਆਂ ਜਿਵੇਂ ਵੀ ਗੁਰੂ ਸਾਹਿਬ ਨੇ ਆਪਣਾ ਪੰਥ ਇੱਕ ਸੁਨਹਿਰੀ ਯੋਗ ਗੁਰੂ ਨਾਨਕ ਪਾਸ਼ਾ ਨੇ ਸ਼ੁਰੂ ਕੀਤਾ ਤਾਂ ਅਲਮਤਾ ਵੀ ਨਾਲ ਨਾਲ ਹੀ ਚੰਬੜ ਗਿਆ ਸੀ ਗਿਆ ਗੁਰੂ ਸਾਹਿਬ ਨੂੰ ਬਹੁਤ ਸਾਰਾ ਸਹਿਣਾ ਪਿਆ ਪਰ ਇੱਕ ਹੁਣ ਇੱਕ ਚੀਜ਼ ਹੈ ਕਿ ਸਿੱਖਾਂ ਦੀ ਏਡੀ ਦੇਨ ਨੂੰ ਜਿਵੇਂ ਭਾਵੇਂ ਸਾਰਾ ਗੜੀ ਦੀ ਲੜਾਈ ਹੋਵੇ ਜਾਂ ਗੁਰੂਆਂ ਦਾ ਆਪਣਾ ਇਤਿਹਾਸ ਹੀ ਬੜਾ ਬਖੂਬ ਹੈ ਬੰਦਾ ਸਿੰਘ ਬਹਾਦਰ ਮਹਾਰਾਜਾ ਰਣਜੀਤ ਸਿੰਘ ਦਾ ਬਟ ਪੰਜਾਬ ਦੇ ਅਖੌਤੀ ਇਨਕਲਾਬੀਆਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਸਿੱਖ ਕੌਮਾਂ ਦੀ ਕੋਈ ਚੀਜ਼ ਨਹੀਂ ਪੰਜਾਬੀ ਕੌਮ ਤਾਂ ਹੋ ਸਕਦੀ ਹੈ ਪਰ ਸਿੱਖ ਕੌਮ ਨਹੀਂ ਹੋ ਸਕਦੀ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਜਿਹੜੀ ਅਸਲ 'ਚ ਨਾ ਨਵੇਂ ਕੋਈ ਸੰਕਲਪ ਘਟ ਨਹੀਂ ਜਿਨ੍ਹਾਂ ਸੰਕਲਪਾਂ ਨਾਲ ਕਿਸੇ ਦੀ ਹੋਂਦ ਨੂੰ ਖਤਮ ਕੀਤਾ ਜਾ ਸਕੇ ਉਦੋਂ ਇਹੋ ਜਿਹੀਆਂ ਬਿਮਾਰੀਆਂ ਚੱਲਦੀਆਂ ਜਦੋਂ ਜਮ 1984 ਦੇ ਸਮੇਂ 'ਚ ਜਦੋਂ ਸੰਤ ਜਰਨੈਲ ਸਿੰਘ ਦੀ ਪਿਕਚਰ ਤੇ ਆਏ ਤੇ ਉਹਨਾਂ ਦੀਆਂ ਕਵੀਸ਼ਰਾਂ ਨੇ ਕਵੀਸ਼ਰੀਆਂ ਗਾਉਣੀਆਂ ਸ਼ੁਰੂ ਕੀਤੀਆਂ ਪੰਜਾਬ ਦਾ ਯੂਥ ਉਧਰ ਨੂੰ ਖਿੱਚਿਆ ਗਿਆ ਤੇ ਇਹਨਾਂ ਕੋਲੇ ਕੋਈ ਰਾਹ ਨਹੀਂ ਸੀਗਾ ਫਿਰ ਇਹਨਾਂ ਨੇ ਦੁਗਾਨਾ ਗਾਇਕੀ ਲੱਚਰ ਗਾਇਕੀ ਸ਼ੁਰੂ ਕਰਵਾਈ ਕਿ ਥੋੜਾ ਬਹੁਤਾ ਲੋਕਾਂ ਨੂੰ ਇੱਧਰ ਕੀਤਾ ਜਾ ਤੱਕ ਕਿ ਫੋਰਸ ਹੀ ਬਲੀ ਪਿੰਡਾਂ ਚ ਲੱਚਰ ਅਖੜੇ ਲੋਨ ਸ਼ੁਰੂ ਹੋਏ ਐਂ ਜਿਹੜਾ ਇਹ ਕੰਮ ਹੋਇਆ ਕਿ ਦੇਖੋ ਤੁਹਾਡਾ ਮੂਲ ਆ ਜਿਹੜਾ ਸਿੱਖੀ ਆ ਪੰਜਾਬ ਨੂੰ ਸਿੱਖੀ ਤੋਂ ਬਿਨਾ ਇਮੇਜਨ ਨਹੀਂ ਕੀਤਾ ਜਾ ਸਕਦਾ ਹੁਣ ਜਦੋਂ ਤੁਸੀਂ ਜਾਂ ਜਿਹੜਾ ਮਾਰਕਸਿਸਟ ਫਲਸਫੇ ਦੀ ਵੀ ਜਾਂ ਮਾਡਰਨਿਟੀ ਦੇ ਫਲਸਫੇ ਦੀ ਵੀ ਜਦੋਂ ਤੁਸੀਂ ਗੱਲ ਕਰਦੇ ਆ ਉਹਦੇ 'ਚ ਇਹੀ ਆ ਕਿ ਧਰਮ ਤੋਂ ਬੇਮੁਖ ਕੀਤਾ ਜਾਵੇ ਲੋਕਾਂ ਨੂੰ ਜਾਂ ਰੱਬ ਤੋਂ ਪਾਸੇ ਕਰਕੇ ਪਦਾਰਥ ਨੂੰ ਜਾਂ ਹੋਰ ਜਿਹੜੀਆਂ ਹੈਗੀਆਂ ਚੀਜ਼ਾਂ ਨੂੰ ਉਹਨਾਂ ਨੂੰ ਸੈਂਟਰ 'ਚ ਲਿਆਇਆ ਜਾਵੇ ਇਹਨਾਂ ਨੇ ਇਹ ਤਾਂ ਤੋੜ ਹੀ ਲੱਭਿਆ ਵੀ ਧਰਮ ਦੀ ਜਿਹੜੀ ਚੜ੍ਹਤ ਹੈਗੀ ਆ ਉਹਨੂੰ ਅ ਮਤਲਬ ਥੰਮਣ ਵਾਸਤੇ ਉਹਨੂੰ ਬਸੇ ਕਰਨ ਵਾਸਤੇ ਤੁਸੀਂ ਧਰਮ ਦਾ ਦੀ ਥਾਂ ਤੇ ਧਾਰਮਿਕਤਾ ਦੀ ਥਾਂ ਤੇ ਕੋਈ ਹੋਰ ਬਦਲ ਲਿਓ ਜਿਹੜਾ ਪੰਜਾਬੀ ਦਾ ਸੰਕਲਪ ਹੈਗਾ ਜਿਵੇਂ ਸੈਕੂਲਰ ਦਾ ਸੰਕਲਪ ਆ ਪਵਿੱਤਰ ਦੇ ਉਲਟ ਸੈਕੂਲਰ ਸੈਕ੍ਰੇਟ ਦੇ ਉਲਟ ਸੈਕੂਲਰ ਲਿਆਂਦਾ ਗਿਆ ਐਂ ਜਿਹੜਾ ਹੈਗਾ ਧਰਮ ਦੇ ਉਲਟ ਸਿੱਖੀ ਦੀ ਚੜ੍ਹਤ ਦੇ ਉਲਟ ਪੰਜਾਬੀ ਜਾਂ ਪੰਜਾਬੀ ਅੱਦਾਂ ਸੰਕਲਪ ਲਿਆਂਦਾ ਗਿਆ ਬਿਲਕੁਲ ਤੁਹਾਡੀ ਜਿਹੜੀ ਜਿੱਥੇ ਤੁਸੀਂ ਮਤਲਬ ਇਹਨਾਂ ਦੀਆਂ ਕਿਤਾਬਾਂ 'ਚ ਵੀ ਆ ਵੀ ਜਿੱਥੇ ਗਦਰੀ ਬਾਬਿਆਂ ਦੀਆਂ ਕਿਤਾਬਾਂ 'ਚ ਸਰਦਾਰ ਲਿਖਿਆ ਸਿੱਖ ਲਿਖਿਆ ਉੱਥੇ ਸ਼ਬਦ ਸਾਥ ਹੀ ਕਰਤਾ ਇਹ ਹੁਣ ਬੇਈਮਾਨੀ ਨਹੀਂ ਤਾਂ ਕੀ ਆ ਐਵੇਂ ਹੀ ਇਹਨਾਂ ਨੇ ਸਿੱਖ ਦੀ ਥਾਂ ਸਿੱਖ ਨੂੰ ਪੰਜਾਬੀ ਬਣਾਉਣਾ ਚਾਹਿਆ ਹੁਣ ਜਿਹੜਾ ਤੁਸੀਂ ਦੇਖਦੇ ਆ ਵੀ ਸਿੱਖ ਨੂੰ ਇਹਨਾਂ ਨੇ ਪੰਜਾਬੀ ਬਣਾਤਾ ਪੰਜਾਬ ਵਿੱਚ ਜਿਹੜੀ ਪੰਜਾਬੀ ਆ ਗੁਰੂ ਤੋਂ ਬਿਨਾ ਬਚ ਸਕਦੀ ਆ ਜੇ ਗੁਰੂ ਗ੍ਰੰਥ ਸਾਹਿਬ ਪੰਜਾਬੀ ਚ ਨਾ ਲਿਖਿਆ ਹੁੰਦਾ ਤਾਂ ਪੰਜਾਬੀ ਬਚ ਜਾਂਦੀ ਜੇ ਪੰਜਾਬੀ ਦੀ ਕੋਈ ਹੋਣਦਾ ਤੋ ਸਿੱਖੀ ਨਾਲ ਆ ਸਿੱਖੀ ਦੀ ਹੋਣ ਪੰਜਾਬੀ ਨਾਲ ਨਹੀਂ ਤੇ ਉਹ ਐ ਸਾਰਾ ਇਹ ਕੰਮ ਜਿਹੜਾ ਇਹਨਾਂ ਨੇ ਕੀਤਾ ਗਿਆ ਜਿਹੜਾ ਚੰਗਾ ਨਹੀਂ ਹੋਰ ਵੀ ਇੱਕ ਪੰਜਾਬੀ ਹੈਗਾ ਬੰਦੇ ਦੀਆਂ 2-3 ਆਈਡੈਂਟਿਟੀਆਂ ਹੁੰਦੀਆਂ ਇੱਕ ਉਹਦੀ ਭਾਸ਼ਾਈ ਆਈਡੈਂਟਿਟੀ ਹੁੰਦੀ ਆ ਸੱਭਿਆਚਾਰਕ ਆਈਡੈਂਟਿਟੀ ਹੁੰਦੀ ਆ ਦੂਜੀ ਉਹਦੀ ਰਾਜਸੀ ਆਈਡੈਂਟਿਟੀ ਹੁੰਦੀ ਆ ਧਾਰਮਿਕ ਆਈਡੈਂਟਿਟੀ ਹੁੰਦੀ ਆ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਪੰਜਾਬ ਸਾ ਅਸੀਂ ਇੱਥੋਂ ਦੇ ਇਸ ਰਾਜ ਦੇ ਰਹਿਣ ਵਾਲੇ ਇੱਥੋਂ ਦੇ ਵਸਿੰਦੇ ਆ ਇੱਕ ਸਾਡੀ ਆਈਡੈਂਟਿਟੀ ਇਹ ਆ ਅਸੀਂ ਕਿਹੜੇ ਸੱਭਿਆਚਾਰ ਚ ਜਿਉਂਦੇ ਆ ਕਿਹੜੀ ਭਾਸ਼ਾ ਬੋਲਦੇ ਆ ਇੱਕ ਸਾਡੀ ਉਹ ਆਈਡੈਂਟਿਟੀ ਆ ਇੱਕ ਸਾਡੀ ਮੇਨ ਆਈਡੈਂਟਿਟੀ ਜਿਹੜੀ ਆ ਧਾਰਮਿਕ ਆ ਮੇ ਕਾਇਡੈਂਟਿਟੀ ਆ ਧਾਰਮਿਕ ਤੌਰ ਤੇ ਅਸੀਂ ਸਿੱਖ ਆ ਸਾਡੀ ਸਿੱਖ ਆਡੈਂਟਿਟੀ ਆ ਕਿਉਂ ਸਾਡੀ ਜਿਹੜੀ ਸਿੱਖ ਆਡੈਂਟਿਟੀ ਨੂੰ ਦਬਾ ਕੇ ਪੰਜਾਬੀ ਆਡੈਂਟਿਟੀ ਨੂੰ ਮੂਰੇ ਲਿਆਂਦਾ ਜਾਂਦਾ ਹੁਣ ਇੱਕ ਬੰਦਾ ਹੈ ਉਹ ਬੰਬਈ ਚ ਰਹਿੰਦਾ ਹੈ ਕਲਕੱਤੇ ਚ ਰਹਿੰਦਾ ਹੈ ਉਹ ਬੋਲਦਾ ਪੰਜਾਬੀ ਆ ਹੈ ਸਿੱਖ ਰਹਿੰਦਾ ਪੰਜਾਬ ਚ ਨਹੀਂ ਉਹਨੂੰ ਤੁਸੀਂ ਪੰਜਾਬੀ ਕਹੋਗੇ ਕਿ ਸਿੱਖ ਕਹੋਗੇ ਕੀ ਕਹੋਗੇ ਉਹਦੀ ਸਿੱਖ ਆਡੈਂਟਿਟੀ ਆ ਜਾਂ ਕਿ ਉਹ ਉਹ ਆਇਡੈਂਟੀਟੀ ਨੂੰ ਫੇਰ ਤੁਸੀਂ ਪੰਜਾਬੀ ਆਇਡੈਂਟੀਟੀ ਕਿਵੇਂ ਬਣਾਉਂਗੇ ਤੁਸੀਂ ਦੇਖੋ ਨਿਊਜ਼ੀਲੈਂਡ 'ਚ ਸਿੱਖ ਰਹਿ ਰਿਹਾ ਉਹਨੂੰ ਵਿਦੇਸ਼ੀ ਪੰਜਾਬੀ ਕਹੋਗੇ ਕਿ ਸਿੱਖ ਕਹੋਗੇ ਹਨਾ ਜੀ ਜਿਹੜਾ ਕਲਕੱਤਾ 'ਚ ਰਹਿ ਰਿਹਾ ਉਹਨੂੰ ਜਿਹੜਾ ਹੈਗਾ ਕਲਕੱਤਵੀ ਕਹੋਗੇ ਕਿ ਸਿੱਖ ਕਹੋਗੇ ਪੰਜਾਬੀ ਤੋਂ ਬੋਲਦਾ ਪਰ ਉਹਦੀ ਆਇਡੈਂਟੀਟੀ ਇੱਕ ਸਰਦਾਰ ਆ ਉਹ ਤੁਰਿਆ ਜਾ ਰਿਹਾ ਜਾਂ ਸਰਦਾਰ ਦੀ ਦਿੱਖ ਆ ਉਹਦੇ ਸਿਰੀ ਸਾਹਿਬ ਕਰਕੇ ਆ ਉਹਦੇ ਦਾੜੇ ਕਰਕੇ ਆ ਉਹਦੀ ਦਸਤਾਰ ਕਰਕੇ ਹਨਾ ਜੀ ਸਰਦਾਰ ਦੀ ਪੱਗ ਬੰਨੀ ਵੇਖਦੇ ਉਹਨੂੰ ਕੋਈ ਸਰਦਾਰ ਕਹਿੰਦਾ ਪੰਜਾਬੀ ਕਿਉਂ ਨਹੀਂ ਕੋਈ ਕਹਿੰਦਾ ਬਿਲਕੁਲ ਕੋਈ ਚੀਜ਼ ਨਹੀਂ ਸਹੀ ਗੱਲ ਹਾਂ ਮਤਲਬ ਗੱਲ ਇਹ ਕਿ ਪੰਜਾਬ ਤੋਂ ਵੱਖ ਦੁਨੀਆ ਦੇ ਤੌਰ ਤੇ ਵਿਚਰੇ ਹੋਰ ਲੋਕ ਤਾਂ ਇਹ ਸਾਡੀ ਪਛਾਣ ਨੂੰ ਦੇਖ ਕੇ ਸਾਨੂੰ ਸਿੱਖ ਕਹਿੰਦੇ ਨੇ ਸਰਦਾਰ ਕਹਿੰਦੇ ਨੇ ਬਿਲਕੁਲ ਸਹੀ ਪੰਜਾਬੀ ਨਹੀਂ ਕਹਿੰਦਾ ਪਰ ਇਹਨਾਂ ਨੂੰ ਇਹਨਾਂ ਦਾ ਕਿਹੜਾ ਸੱਪ ਲੜਿਆ ਹੋਇਆ ਕਿ ਇਹ ਜਾਣ ਬੁੱਝ ਕੇ ਗੱਲਾਂ ਵਾਰ-ਵਾਰ ਕਰਦੇ ਨੇ ਇਹਨਾਂ ਨੂੰ ਇਹਦੇ ਚੀਜ਼ ਕੀ ਮਨੋਰਥ ਹੈ ਇਹਨਾਂ ਨੂੰ ਕੀ ਏਜੰਸੀਆਂ ਦੇ ਥਰੂ ਕੰਮ ਕੀਤਾ ਜਾ ਰਿਹਾ ਸਾਡੀ ਆਇਡੈਂਟੀਟੀ ਨੂੰ ਰੋਲਣ ਲਈ ਜਾਂ ਹੌਨਰ ਫਰੈਂਡਮ ਦੀ ਜਿਵੇਂ ਗੱਲ ਚੱਲ ਰਹੀ ਸੀਗੀ ਤਾਂ ਉਹਨੂੰ ਦਬਾਉਣ ਦੇ ਲਈ ਇਹ ਚੀਜ਼ਾਂ ਨੂੰ ਸਾਨੂੰ ਵਰਤਿਆ ਜਾ ਰਿਹਾ ਜਾਂ ਕਿ ਜੇ ਸਮਝਦੇ ਹੋ ਜਿਹੜਾ ਨਾ ਇਹ ਮੇਨ ਤੱਕ ਹੁਣ ਸਾ ਤੁਹਾਡੇ ਨਾਲ ਜਿਹੜਾ ਇਹਨਾਂ ਦਾ ਵੈਰ ਆ ਉਹ ਵੈਰ ਇਹ ਆ ਕਿ ਪੰਜਾਬ ਚ ਜੋ ਗੁਰੂ ਸਾਹਿਬ ਨੇ ਬੀਜ ਬੀਜਿਆ ਜੋ ਸਿੱਖੀ ਨੇ ਇੱਥੇ ਦੇਣ ਦਿੱਤੀ ਆ ਉਹਦੇ ਮੁਕਾਬਲੇ ਚ ਇਹਨਾਂ ਦਾ ਕੰਮ ਆਟੇ ਤੇ ਲੂਣ ਬਰਾਬਰ ਬਣੀਗਾ ਤੇ ਇਹ ਬਹੁਤ ਇਹ ਆਪਦੇ ਆਪ ਨੂੰ ਜਿਵੇਂ ਉਹ ਇਨਫੀਰੀਅਰ ਕੰਪਲੈਕਸ ਹੁੰਦਾ ਵੀ ਇਹ ਕਰ ਕੁਛ ਨਹੀਂ ਸਕਦੇ ਤੇ ਉਸ ਖੁਣਸ ਚੋਂ ਹੀ ਇਹ ਸਿੱਖੀ ਦਾ ਵਿਰੋਧ ਕਰ ਰਹੇ ਹੈਗੇ ਆ ਤੇ ਇਹੀ ਮੇਨ ਜਿਹੜਾ ਕਾਰਨ ਹੈ ਦਾ ਅੱਛਾ ਜਿਵੇਂ ਇਹ ਪਿੰਡਾਂ ਦੇ ਵਿੱਚ ਦਰਾਰ ਪਾਉਂਦੇ ਨੇ ਇਹਨਾਂ ਦੀ ਜਿੱਥੇ ਬੰਦਿਆਂ ਨੇ ਖਾਪੇ ਪੱਕੀ ਦੀਆਂ ਉਹ ਸਾਡੇ ਮਜ਼ਦੂਰ ਤਕਬੇ ਨੂੰ ਜਿੱਥੇ ਸਾਡੇ ਭਰਾ ਨੇ ਗਰੀਬ ਉਹਨਾਂ ਨੂੰ ਜਿਵੇਂ ਇੱਕ ਪਾਸਤਾ ਕਹਿੰਦੇ ਨੇ ਜਾਤ ਪਾਤ ਨਹੀਂ ਹੋਣੀ ਚਾਹੀਦੀ ਪਰ ਮੈਂ ਵੀ ਗੱਲ ਇਹ ਨਾਲ ਇੱਕ ਦੋ ਵਾਰੀ ਸਟੇਜਾਂ 'ਤੇ ਸਾਂਝੀਆਂ ਹੋਈਆਂ ਤਾਂ ਮੈਂ ਕਿਹਾ ਵੀ ਤੁਸੀਂ ਇਹ ਗੱਲਾਂ ਕਿਉਂ ਕਰਦੇ ਹੋ ਕਿ ਐਸਸੀਬੀਸੀ ਫਿਰ ਗੱਲ ਤਾਂ ਇਹ ਹੋਣੀ ਚਾਹੀਦੀ ਕਿ ਆਰਥਿਕ ਪੱਖ ਤੋਂ ਜਿਹੜਾ ਵੀ ਕਮਜ਼ੋਰ ਹੈ ਉਹਨੂੰ ਸਰਕਾਰ ਵੱਲੋਂ ਸਹਾਇਤਾ ਮਿਲਣੀ ਚਾਹੀਦੀ ਹੈ ਹਨ ਫਿਰ ਆਪਾਂ ਐਸਸੀਬੀਸੀ ਕਿਉਂ ਕਰਦੇ ਆ ਇਹ ਚੀਜ਼ ਨੂੰ ਮੈਂ ਪ੍ਰਮੁਖਤਾ ਨਾਲ ਦੱਸਦੇ ਨੇ ਹਨਾ ਕਿ ਐਸਸੀਬੀਸੀ ਫਲਾਣੇ ਥਾਂ ਦੇ ਧੱਕਾ ਹੋ ਗਿਆ ਪਰ ਕੀ ਪੰਜਾਬ ਦੇ ਵਿੱਚ ਐਵੇਂ ਦੀ ਹਾਲਾਤ ਹੈਗੇ ਨੇ ਜਿਹੜੇ ਹਾਲਾਤ ਯੂਪੀ ਦੇ ਵਿੱਚ ਬਿਹਾਰ ਜਾਂ ਹਿੰਦੁਸਤਾਨ ਦੇ ਹੋਰ ਕੋਨੇ ਦੇ ਵਿੱਚ ਸਾਡੇ ਮਜ਼ਦੂਰ ਭਰਾਵਾਂ ਦੇ ਨੇ ਬਿਲਕੁਲ ਇਹੋ ਜਿਹੇ ਕੋਈ ਹਾਲਾਤ ਨਹੀਂ ਹੈ ਪੰਜਾਬ ਵਿੱਚ ਜਿਹੜਾ ਹੈਗਾ ਜਾਤ ਦੀ ਜਿੱਡੀ ਗੱਲ ਪੈਦਾ ਕੀਤੀ ਜਾ ਰਹੀ ਜਿੱਦੀ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ 'ਚ ਇਹੋ ਜਿਹਾ ਕੋਈ ਜਾਤ ਦਾ ਸਵਾਲ ਨਹੀਂ ਗੁਰੂ ਸਾਹਿਬ ਦੀ ਕਿਰਪਾ ਹੈ ਮਾੜੀ-ਮੋਟੀ ਕੋਈ ਇੱਕੜ-ਦੁੱਕੜ ਘਟਨਾਵਾਂ ਹੋ ਸਕਦੀਆਂ ਉਹਨੂੰ ਹੋਲਤੇ ਲਾਗੂ ਨੂੰ ਕੀਤਾ ਜਾ ਸਕਦਾ ਸਾਡੇ ਜਿਹੜੇ ਕੰਮ ਏ ਆ ਕਿਰਤੀਆ ਉਹਨਾਂ ਨੂੰ ਅਸੀਂ ਸਾਡੇ ਪੰਜਾਬ ਦੇ ਘਰਾਂ ਦੇ ਕਥਾ ਨੰਦ ਦੇ ਘਰਾਂ ਚ ਤਾਇਆ ਚਾਚਾ ਦੇ ਨਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ ਉਹਨਾਂ ਦੇ ਧੀਆਂ ਪੁੱਤਾਂ ਦੇ ਵਿਆਹ ਤੇ ਬਹੁਤ ਜ਼ਿਆਦਾ ਸ਼ਮੂਲੀਅਤ ਕੀਤੀ ਜਾਂਦੀ ਮਦਦ ਕੀਤੀ ਜਾਂਦੀ ਹੈਗੀ ਆ ਉਹ ਵੀ ਸਾਨੂੰ ਤਾਇਆ ਚਾਚਾ ਕਹਿੰਦੇ ਆ ਤੇ ਸਾਡਾ ਐਡਾ ਮਤਲਬ ਭਰਾਤਰੀ ਜਿਹੜਾ ਆਪਸ ਚ ਰਿਸ਼ਤਾ ਹੈ ਐਡਾ ਮਤਲਬ ਇੱਕ ਸਮਾਜਿਕ ਰਿਸ਼ਤਾ ਬਹੁਤ ਕਮਾਲ ਦਾ ਹੈ ਤੇ ਉਹਨੂੰ ਐਵੇਂ ਵਿਗਾੜ ਕੇ ਪੇਸ਼ ਕੀਤਾ ਜਾ ਰਿਹਾ ਤੁਸੀਂ ਕਿੰਨੀਆਂ ਉਦਾਹਰਨਾਂ ਦੇਖਦੇ ਹੈਗੀਆਂ ਵੀ ਜਿਵੇਂ ਕਈ ਜਿੰਨੇ ਪੁਰਾਣੇ ਲੇਖ ਕਾ ਪ੍ਰੋਫੈਸਰ ਸਾਹਿਬ ਸਿੰਘ ਦੀਆਂ ਜਾਂ ਹੋਰਾਂ ਦੀਆਂ ਆਧਾਰਨਾ ਹੈ ਵੀ ਉਹਨਾਂ ਨੂੰ ਸਿੱਖਾਂ ਨੇ ਉਹਨਾਂ ਨੂੰ ਇੰਨਾ ਸਤਕਾਰ ਦਿੱਤਾ ਵੀ ਉਹਨਾਂ ਨੂੰ ਜਾਤ ਤੋਂ ਮੁਕਤ ਵੀ ਹੋਏ ਤੇ ਉਹ ਸਤਕਾਰ ਦਾ ਕਾਰਨ ਨਹੀਂ ਸੀ ਕਿ ਉਹ ਸਿੰਘ ਥਾ ਜੀਏ ਕਿ ਸੰਤਰਾਮ ਮਦასი ਨਹੀਂ ਬੜਾ ਸੰਤਰਾਮ ਮਦასი ਬਿਲਕੁਲ ਹਾਂ ਜੀ ਵੀ ਗੱਲ ਲੱਗ ਕੇ ਸਿਰੀ ਦੇ ਜੱਟ ਰੋਪ ਜੱਟ ਰੋਪਿਆ ਹਾਂ ਜੀ ਪਰ ਦੇਖੋ ਇੱਕ ਇਹ ਵੀ ਗੱਲ ਹੈ ਕਿ ਜਿਹੜੇ ਲੋਕ ਤਸੱਦਦ ਦਾ ਸਰਕਾਰ ਹੁੰਦੇ ਨੇ ਉਹਨਾਂ ਨੂੰ ਇਹ ਇਨਕਲਾਬੀ ਨਹੀਂ ਮੰਨਦੇ ਉਹਨਾਂ ਨੂੰ ਕਿਸੇ ਹੋਰ ਨਿਗਾ ਨਾਲ ਵੇਖਦੇ ਨੇ ਹੁਣ ਇੱਕ ਪਾਸੇ ਪਾਸ ਹੈ ਜਦੇ ਉਤੇ ਕੋਈ ਵੀ ਐਵੇਂ ਦਾ ਟੌਰਚਰ ਨਹੀਂ ਹੁੰਦਾ ਜਿਵੇਂ ਪੰਜਾਬ 'ਚ ਐਡਾ ਲਹੂ ਡੁੱਲਿਆ ਉਹਦੀ ਉਹ ਕਿਤੇ ਵੀ ਆਪਣੀ ਕਵਿਤਾਾਂ ਦੇ ਵਿੱਚ ਬਾਤ ਨਹੀਂ ਪਉਂਦਾ ਬੇਸ਼ੱਕ ਉਹਨੇ ਠੀਕ ਲਿਖਿਆ ਪਰ ਇੱਕ ਪਾਸੇ ਸੰਤਰਾਮੋਦਾਸੀ ਹੈ ਜਿਨੇ ਪੰਜਾਬ ਦਾ ਦਰਦ ਲਿਖਿਆ ਸਿੱਖੀ ਬਾਰੇ ਦੱਸਿਆ ਜੋ ਸਿੱਖੀ ਦਾ ਇਨਕਲਾਬ ਸੀਗਾ ਗੁਰੂਆਂ ਦੀ ਦੇਣ ਸੀ ਪਰ ਉਹਨੂੰ ਇਹ ਕਾਮਰੇਡ ਕਦੇ ਵੀ ਉਹਦਾ ਸੰਤਰਾਮੋਦਾਸੀ ਦਾ ਨਾਮ ਨਹੀਂ ਵਰਤਦੇ ਤੇ ਦੂਜੇ ਪਾਸੇ ਪਾਸ ਜਿਹਦੀ ਕੀ ਕਵਿਤਾ ਉਹਦੇ ਬਰਾਬਰ ਬੜੀ ਹਲਕੀ ਫੁਲਕੀ ਹੈ ਦੇਖੋ ਨਾਮ ਕਿਹਦਾ ਚੱਲਦਾ ਰਾਜ ਕਰਦੀਆਂ ਤੇ ਰਾਂ ਕਿਨੂੰ ਯੂਜ਼ ਕਰਦੀਆਂ ਜਿਹੜਾ ਉਹਦੇ ਵਾਸਤੇ ਫਾਇਦੇਮੰਦ ਆ ਪੰਜਾਬ ਦੀ ਸਿੱਖ ਮੂਵਮੈਂਟ ਸਟੇਟ ਵਾਸਤੇ ਬਹੁਤ ਵੱਡੀ ਪ੍ਰੋਬਲਮ ਉਹਦਾ ਸਿੱਧਮ ਸਿੱਧਾ ਵਿਰੋਧ ਕੌਣ ਕਰ ਰਿਹਾ ਉਹਦਾ ਮਖੌਲ ਕੌਣ ਡਾ ਰਿਹਾ ਸਰਕਾਰ ਦੇ ਹੱਕ ਦੇ ਕੌਣ ਬੋਗਤ ਰਿਹਾ ਉਹ ਤਾਂ ਉਹ ਨੂੰ ਹਾਈਲਾਈਟ ਕਰੂਗੀ ਤਾਂ ਦੂਜੇ ਪਾਸੇ ਸਰਕਾਰ ਨੂੰ ਸਿੱਖਾਂ ਵਾਲੇ ਪਾਸਿਓਂ ਚੈਲੰਜ ਕੌਣ ਕਰ ਰਿਹਾ ਸੰਤਰਾਮਦਾਸੀ ਲਾਲ ਕਿਲੇ ਵਾਲੀ ਜਿਹੜੀ ਕਵਤਾ ਹੈ ਜਾਂ ਹੋਰ ਪੰਜਾਬ ਦੇ ਗੱਬਰੂਆਂ ਦੀ ਅਸੀਂ ਗੱਬਰੂ ਤੂਤ ਦੀ ਛਿਟੀ ਵਰਗੇ ਜਿੰਨਾਂ ਸ਼ੰਗ ਹੋ ਗਏ ਉਹਨਾਂ ਫੈਲਾਗੇ ਪੰਜਾਬ ਦੇ ਖੜਕੂ ਮੁੰਡਿਆਂ ਦੀ ਗੱਲ ਕਰਦਾ ਜਾਂ ਪਿੰਡਾਂ ਵਿੱਚੋਂ ਉੱਠੇ ਪੁੱਤ ਨਹੀਂ ਬਹਾਦਰਾਂ ਦੇ ਤੇਰੇ ਮਹਿਲੀ ਵੜੇ ਕੇ ਵੜੇ ਲਾਲ ਕਿਲੇ ਤੇ ਗੱਲ ਕਰਦਾ ਇਹ ਚੈਲੰਜ ਜਿਹੜਾ ਹੈਗਾ ਇਹ ਸੰਤਰਾਮਦਾਸੀ ਨਹੀਂ ਦਿੱਤਾ ਪਾਂਛ ਜਿਹੜਾ ਉਹਨੇ ਤੁਸੀਂ ਮਤਲਬ 1984 ਦਾ ਮਖੌਲ ਲੜਾਇਆ ਹੈਗਾ ਸਿੱਖਾਂ ਦਾ ਮਖੌਲ ਲੜਾਇਆ ਸੰਤ ਜਰਨੈਲ ਸਿੰਘ ਜੀ ਨੂੰ ਸਾਡੇ ਖਾੜਕੂ ਸੂਰਮਿਆਂ ਨੂੰ ਸਾਧ ਦੀਆਂ ਪੁੱਤਰੀਆਂ ਭੇਡਾਂ ਸ਼ਬਦ ਵਰਤਦਾ ਇਹ ਚੀਜ਼ਾਂ ਸਟੇਟ ਦੇ ਸੂਟ ਕਰਦੀਆਂ ਸਹੀਆਂ ਜਦੋਂ ਸ੍ਰੀ ਦਰਬਾਰ ਸਾਹਿਬ ਤੇ ਅਟੈਕ ਹੁੰਦਾ ਦਰਬਾਰ ਸਾਹਿਬ ਠਾਇਆ ਜਾਂਦਾ ਪੰਜ 6 ਗੱਲ ਕਹਿੰਦਾ ਕਿ ਸਰਕਾਰ ਨੇ ਬਹੁਤ ਚੰਗਾ ਕੰਮ ਕੀਤਾ ਪਰ ਲੇਟ ਕੀਤਾ ਸਰਕਾਰ ਨੇ ਪੰਜਾਬ ਦੇ ਖਾੜਕੂਆਂ ਦੀ ਜਿਹੜੀ ਆ ਰੀਡ ਦੀ ਹੱਡੀ ਪੰਨਤੀ ਹੁਣ ਇਹ ਸ਼ਬਦ ਜਿਹੜੇ ਆ ਇਹ ਚੀਜ਼ਾਂ ਕਿਹਨੂੰ ਥੂਟ ਕਰਦੀਆਂ ਸਰਕਾਰ ਨੂੰ ਥੂਟ ਕਰਦੀਆਂ ਤੇ ਕਰਨਾਲ ਦੀ ਜਿਹੜੀ ਲਾਇਬ੍ਰੇਰੀ ਆ ਪੁਲਿਸ ਲਾਇਬ੍ਰੇਰੀ ਆ ਕਰਨਾਲ ਚ ਪੁਲਿਸ ਦੀ ਲਾਇਬ੍ਰੇਰੀ ਪੁਲਿਸ ਦੇ ਥਾਣੇ ਦੇ ਵਿੱਚ ਇੱਕ ਲਾਇਬ੍ਰੇਰੀ ਬਣੀ ਆ ਉਹਦਾ ਨਾਂ ਰੱਖਿਆ ਅਵਤਾਰ ਪਾਸ਼ ਯਾਦਗਾਰੀ ਲਾਇਬ੍ਰੇਰੀ ਜੇ ਇਹ ਸਰਕਾਰ ਵਿਰੋਧੀ ਹਿੱਤ ਸਰਕਾਰ ਆਪਦੇ ਥਾਣਿਆਂ ਚ ਆਪਦੀਆਂ ਪੁਲਿਸ ਦੇ ਜਿਹੜੇ ਹੈਗੇ ਆ ਮਤਲਬ ਐਡੇ ਵੱਡੇ ਥਾਵਾਂ ਤੇ ਇਹਨਾਂ ਦੀਆਂ ਲਾਇਬ੍ਰੇਰੀਆਂ ਕਿਉਂ ਬਣਾਈ ਬਣਾ ਰਹੀ ਆ ਕਾਮਰੇਡ ਇਹਨਾਂ ਦਾ ਜਵਾਬ ਦੇਣ ਕਿਰਾਂ ਬਿਲਕੁਲ ਅੱਛਾ ਜਿਵੇਂ ਹੁਣ ਦੀਪ ਸਿੱਧੂ ਦੀ ਗੱਲ ਕਰੀਏ ਕਿ ਉਹੀ ਜਿਵੇਂ ਇਹ ਵਿਤਕਾਰ ਰੱਖਦੇ ਨੇ ਕੱਲ ਤੱਕ ਤਾਂ ਉਹ ਇਹ ਬੀਜੇਪੀ ਦਾ ਬੰਦਾ ਕਹਿੰਦੇ ਸੀ ਪਰ ਜੋ ਤੇ ਧਰਾਵਾਂ ਲੱਗੀਆਂ ਜੋ ਉਹ ਜੇਲ੍ਹ ਦੇ ਵਿੱਚ ਹੈ ਉਹਦਾ ਜੱਜ ਕੇਸ ਨਹੀਂ ਸੁਣ ਰਿਹਾ ਅੱਗੇ ਦੇ ਅੱਗੇ ਪਾ ਰਹੇ ਨੇ ਹਜੇ ਵੀ ਉਹਨੂੰ ਨੇੜੇ ਨਹੀਂ ਲਾ ਰਹੇ ਇਹਨਾਂ ਨੇ ਸਟੇਜਾਂ ਦੇ ਮੱਲ ਮਾਰੀ ਹਾਲਾਂਕਿ ਦੀਪ ਸਿੱਧੂ ਦੀ ਜਿਹੜੀ ਸਟੇਜ ਸੰਭੂ ਦੀ ਸੀਗੀ ਉਹ ਸਭ ਤੋਂ ਪਹਿਲਾਂ ਟੁੱਟਦੀ ਹੈ ਉਹਦੀਆਂ ਜਿੰਨੀਆਂ ਵੀ ਆਪਾਂ ਸਪੀਚਾਂ ਸੁਣ ਲਈਏ ਕਿਸਾਨੀ ਦੇ ਹੱਕ ਤੇ ਪੰਜਾਬ ਦੇ ਲਈ ਬਹੁਤ ਹੀ ਬਾ ਕਮਾਲ ਸੀਗੀਆਂ ਜਿਹੜੇ ਸ਼ਬਦ ਹਜੇ ਤੱਕ ਵੀ ਇਹ ਸੰਯੁਕਤ ਕਿਸਾਨ ਮੋਰਚਾ ਜਾਂ ਜਗਿੰਦਰ ਸਿੰਘ ਉਗਰਾਹਾਂ ਨੇ ਨਹੀਂ ਵਰਤੇ ਪਰ ਉਹਗਰਾਹਾਂ ਦਾ ਹੁਣ ਖੁੱਲ ਕੇ ਥੋੜੀ ਥੋੜ ਦੀਪ ਸਿੱਧੂ ਦੇ ਹੱਕ ਜੋ ਬੋਲ ਰਿਹਾ ਸ਼ਾਇਦ ਉਹ ਇਸ ਗੱਲ ਨੂੰ ਭਾਖ ਰਿਹਾ ਕਿ ਪੰਜਾਬ ਦਾ ਨੌਜਵਾਨ ਜੁੜਿਆ ਹੋਇਆ ਪਰ ਇਹ ਸਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਵੱਲੋਂ ਜਿਹੜੀ ਸ਼ਬਦਾਵਲੀ ਗਦਾਰ ਵਰਤੀ ਆ ਗਿਆ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਦੋ ਚੀਜ਼ਾਂ ਹੈਗੀਆਂ ਇੱਕ ਤਾਂ ਇਹਨਾਂ ਦੀ ਹੁਣ ਮਜਬੂਰੀ ਬਣ ਚੁੱਕੀ ਆ ਉਹਨਾਂ ਦਾ ਜ਼ਿਕਰ ਕਰਨਾ ਉਹਨਾਂ ਦਾ ਨਾਮ ਲੈਣਾ ਜਿਵੇਂ ਲੱਖੇ ਸਧਾਨੇ ਦਾ ਵੀ ਕਰ ਰਹੇ ਆ ਦੀਪ ਸਿੱਧੂ ਦਾ ਵੀ ਕਰ ਰਹੇ ਆ ਦੂਜਾ ਜਿਹੜਾ ਮਾੜਾ ਮੋਟਾ ਉਹਨਾਂ ਦਾ ਜ਼ਿਕਰ ਕਰ ਰਹੇ ਆ ਉਹ ਝੂਠ ਨੂੰ ਥੋੜਾ ਜਿਹਾ ਖੰਡਾ ਕਰਨ ਵਾਸਤੇ ਮਜਬੂਰੀ ਤੋਂ ਉਹਨਾਂ ਦਾ ਜ਼ਿਕਰ ਕਰ ਰਹਾ ਜੀ ਵੀ ਅਸੀਂ ਉਹਨਾਂ ਦੇ ਵਿਰੋਧੀ ਨਹੀਂ ਗੇ ਜਾਂ ਉਹ ਆਉਣ ਕਿਰਾ ਮਾੜਾ ਮੋਟਾ ਬਹੁਤ ਘਟ ਦੂਜੇ ਪਾਸੇ ਇੱਕ ਡਾਰਾ ਵੀ ਯੁੱਧ ਇਹਨਾਂ ਦੇ ਨਾਲ ਪਹਿਲਾਂ ਹੀ ਜੁੜਿਆ ਇਹਨਾਂ ਦੇ ਨਾਲ ਮੂਵਮੈਂਟ ਆ ਕਿਸੇ ਦਿਨ ਉਹਨਾਂ ਨੇ ਉਹਨੇ ਬਾਹਰ ਵੀ ਆਉਣਾ ਹੈਗਾ ਜਾਂ ਇਹਨਾਂ ਤੋਂ ਕੇ ਹੌਲੀ-ਹੌਲੀ ਜਮਾਨਤਾ ਹੋ ਜਾਣੀਆਂ ਜਾਂ ਕੁਝ ਨਾ ਕੁਝ ਮਤਲਬ ਕਿ ਖਤਮ ਹੋ ਜਾਣੇ ਕਿਉਂਕਿ ਕੇਥਾਂ ਦੇ ਵਿੱਚ ਕੋਈ ਨਹੀਂ ਉਹਦਣ ਸਾਰੀ ਮੂਵਮੈਂਟ ਇਹਨਾਂ ਦੇ ਨਾਲ ਜੁੜਨਦੀ ਆ ਤੇ ਸਾਡਾ ਤੋਰੀ ਫੁਲਕੇ ਦਾ ਕੀ ਬਣੂ ਸਾਨੂੰ ਕਿਸੇ ਨੇ ਸਿਆਨਣਾ ਨਹੀਂ ਮੂਵਮੈਂਟ ਇਹਨਾਂ ਦੇ ਪਿਲੇ ਚ ਜਾਂਦੀ ਰਹੂਗੀ ਪਾਲੇ ਚ ਜਾਂਦੀ ਰਹੂਗੀ ਸਾਰੀ ਇਹਨਾਂ ਚੀਜ਼ਾਂ ਦਾ ਸਾਰਾ ਡਰ ਜਿਹੜਾ ਹੈਗਾ ਇਹਨਾਂ ਖੌਤੀ ਕਾਮਰੇਡਾਂ ਨੂੰ ਥਤਾਈ ਜਾਂਦਾ ਪਰ ਇੱਕ ਤਾਂ ਗੱਲ ਇਹ ਵੀ ਦੇਖਣ ਵਾਲੀ ਹੈ ਨਾ ਕਿ ਇੱਕ ਪਾਸੇ ਆਪਾਂ ਕਹਿੰਦਾ ਕਿ ਨੌਜਵਾਨ ਰੀੜ ਦੀ ਹੱ ਇਹਦੀ ਕੋਈ ਗਲਤੀ ਵੀ ਨਹੀਂ ਸੀ ਜਿਵੇਂ ਸਾਰਿਆਂ ਨੂੰ ਗਦਾਰ ਕਿਹਾ ਗਿਆ ਜਾਂ ਨਵਰੀਦ ਦੀ ਸ਼ਹੀਦੀ ਨੂੰ ਇਹਨਾਂ ਨੇ ਨਕਾਰਿਆ ਤੇ ਲੋਕਾਂ ਦੇ ਜਾਗਰੂਕਤਾ ਦਾ ਕਾਰਨ ਸੀਗਾ ਕਿ ਇਹਨਾਂ ਨੇ ਹੁਣ ਫਿਰ ਉਹਨੂੰ ਸਨਮਾਨਤ ਵੀ ਕੀਤਾ ਉਹਦੇ ਦਾਦਾ ਜੀ ਨੂੰ ਬੁਲਾਇਆ ਵੀ ਤੇ ਜਿਨ੍ਹਾਂ ਨੂੰ ਗਦਾਰ ਕਿਹਾ ਇਹਨਾਂ ਨੇ ਖਿਮਾ ਜਾਚਨਾ ਵੀ ਕੀਤੀ ਤਾਂ ਫਿਰ ਇਹਨਾਂ ਦਾ ਐਕਸਪੀਰੀਅੰਸ ਕੀ ਹੈ ਕਹਿੰਦੇ ਤੁਹਾਨੂੰ 50 ਸਾਲ ਦਾ ਐਕਸਪੀਰੀਅੰਸ ਹੈ ਤੁਸੀਂ ਕੁਝ ਸੋਚ ਸਮਝ ਕੇ ਬੋਲਦੇ ਨਹੀਂਗੇ ਮੈਂ ਤਾਂ ਕੁਝ ਨਹੀਂ ਕਹਿਣਾ ਚਾਹੁੰਦਾ ਅਲੀ ਮੀਰ ਸਿੰਘ ਜੀ ਨੇ ਮਸਤੂਆਣੇ ਰੈਲੀ 'ਚ ਕਿਹਾ ਸੀ ਕਿ ਜੇ ਤੁਹਾਡਾ 40 ਸਾਲ ਦਾ ਇਹ ਐਕਸਪੀਰੀਅੰਸ ਆ ਤਾਂ ਇਹਨੂੰ ਰਗੜ ਕੇ ਗੋਡੇ ਤੇ ਲਾ ਲਓ 40 ਸਾਲ 'ਚ ਤੁਹਾਨੂੰ ਇਹ ਅਕਲ ਨਹੀਂ ਆਏਗੀ ਵੀ ਇੰਨੇ ਵੱਡੇ ਯੂਥ ਨੂੰ ਅਡਰੈਸ ਕਿਵੇਂ ਕਰਨਾ 40 ਸਾਲ ਦੇ ਇਹਨਾਂ ਦੇ ਆਖਾ ਉੱਤੀ ਐਕਸਪੀਰੀਅੰਸ 40 ਸਾਲ ਪੰਜਾਬ ਚ ਵਿਚਰਦਿਆਂ ਨੂੰ ਇਹਨਾਂ ਨੂੰ ਇਹ ਨਹੀਂ ਪਤਾ ਵੀ ਬੋਲੇ ਥੋ ਉਹਨਾਂ ਸੋਨੇ ਹਾਲ ਦੇ ਜਕਾਰੇ ਨੂੰ ਸੈਲੀਬ੍ਰੇਟ ਕਰਨਾ ਹੈ ਜਾਂ ਉਹਦਾ ਵਿਰੋਧ ਕਰਨਾ ਹੈ ਜਿਵੇਂ ਉਹ ਗਰਾਹਾਂ ਨਹੀਂ ਕੀਤਾ 40 ਥਾਲਾਂ ਚ ਇਹਨਾਂ ਨੂੰ ਨਿਹੰਗਾਂ ਦੀ ਕੰਟਰੀਬਿਊਸ਼ਨ ਇਹਨਾਂ ਨੂੰ ਨਿਸ਼ਾਨ ਸਾਭਾਂ ਦੀ ਕੰਟਰੀਬਿਊਸ਼ਨ ਝਾਂਡੇ ਬੁੰਗਿਆਂ ਦੀ ਕੰਟਰੀਬਿਊਸ਼ਨ ਪਤਾ ਨਹੀਂ ਲੱਗੀ ਉਹਨਾਂ ਦੀ ਪਵਿੱਤਰਤਾ ਪਤਾ ਨਹੀਂ ਲੱਗੀ ਮਾਰਕਸ ਕਹਿੰਦਾ ਹੈ ਵੀ ਜਿਹੜੀ ਕ੍ਰਾਂਤੀ ਹੈ ਨਾ ਕਿਥੇ ਖਿੱਤੇ ਦੇ ਮੂਲ ਵਿਚਾਰਧਾਰਾ ਨੂੰ ਤਿਆਗ ਕੇ ਨਹੀਂ ਲਿਆਂਦੀ ਜਾ ਸਕਦੀ ਕਿ ਮੂਲ ਵਿਚਾਰਧਾਰਾ ਦਾ ਸਹਾਰਾ ਲਿਆ ਕੇ ਕ੍ਰਾਂਤੀ ਲਿਆਂਦੀ ਜਾ ਸਕਦੀ ਮੂਲ ਵਿਚਾਰਧਾਰਾ ਮੂਰ ਨੌਜਵਾਨੀ ਜਿਹੜੀ ਆ ਉਹ ਸਿੱਖੀ ਨਾਲ ਸੰਬੰਧਤ ਹੈਗੀ ਸਿੱਖ ਧਰਮ ਨਾਲ ਸੰਬੰਧਤ ਆ ਉਹਦਾ ਵਿਰੋਧ ਕਰਕੇ ਕਿਹੜਾ ਕ੍ਰਾਂਤੀ ਲਿਆਉਣੀ ਬਹਾਲਦੇ ਹੈਗੇ ਆ ਇਹਨਾਂ ਦੀ ਅਕਲ ਤਾਂ ਇਹ ਆ ਵੀ ਪੰਜਾਬ ਦਾ ਸਿੱਖ ਯੂਥ ਬੈਠਾ ਜਿਹੜਾ ਇਹਨਾਂ ਨੂੰ ਅੱਗੇ ਲਿਆ ਇਹਨਾਂ ਦੇ ਤੁਸੀਂ ਮੂਵੀਆਂ 'ਚ ਦੇਖੋ ਵੀਡੀਓ 'ਚ ਦੇਖੋ ਅੱਗੇ ਤਾਂ ਕਰਪਾਨਾ ਵਾਲੇ ਬਾਬੇ ਬੈਠੇ ਆ ਉਹਨਾਂ ਨੂੰ ਜਦੋਂ ਸਤਕਾਰ ਨਾਲ ਐਡਰੈਸ ਨਹੀਂ ਕਰਦੇ ਇਹ ਇਹਨਾਂ ਦਾ 40 ਸਾਲ ਦੀ ਆਖਲਾ ਤੇ ਇਹ ਤਜਰਬਾ ਹੈਗਾ ਗਤਰੀ ਬਾਬਿਆਂ ਨੇ ਕੀ ਕੀਤਾ ਸੀ ਗਤਰੀ ਬਾਬੇ ਕਹਿੰਦੇ ਅੰਗਰੇਜ਼ ਨਾਲ ਗੱਲ ਕਰਨੀ ਆ ਇਹਨਾਂ ਦੇ ਲਹਿਜੇ 'ਚ ਕਰੋ ਵੀ ਜਿਹੜੀ ਇਹਨਾਂ ਨੂੰ ਸਮਝ ਜਾਵੇ ਉਹ ਸ਼ੰਦ ਆਪਣੇ ਵਰਤਦੇ ਆ ਮੈਟਰ ਜਿਹੜਾ ਹੈਗਾ ਜਿਹੜਾ ਆਧੁਨਿਕ ਦੌਰ ਚ ਚੱਲ ਰਿਹਾ ਉਹ ਵਰਤਦੇ ਆ ਇਸ ਤਰ੍ਹਾਂ ਕਿ ਨਾਲ ਉਹ ਪੈਨੀਟ੍ਰੇਟ ਕਰ ਰਹੇ ਆ ਮਾਰਕਸ ਵੀ ਕਹਿੰਦਾ ਵੀ ਪੈਨੀਟ੍ਰੇਸ਼ਨ ਦੀ ਥਿਉਰੀ ਹੈਗੀ ਆ ਕਿਥੇ ਚੀਜ਼ ਨਾਲ ਸਿੱਧਾ ਮੱਥਾ ਨਹੀਂ ਲਾਇਆ ਜਾਂਦਾ ਨੌਜਵਾਨੀ ਨੂੰ ਮਤਲਬ ਉਹਨਾਂ ਦੀਆਂ ਭਾਵਨਾਵਾਂ ਸਮਝ ਕੇ ਆਪਣੇ ਨਾਲ ਲਾ ਕੇ ਉਹਨਾਂ ਨੂੰ ਸਤਿਕਾਰ ਦੇ ਕੇ ਤੇ ਉਹਨਾਂ ਨੂੰ ਮਤਲਬ ਉਹਨਾਂ ਦੀ ਹੌਸਲਾ ਅਭਜਾਈ ਕਰਕੇ ਉਹਨਾਂ ਤੋਂ ਕਾਰਜ ਕਰਵਾਉਣਾ ਸੀਗਾ ਜਦੋਂ ਤੁਸੀਂ ਉਹਨਾਂ ਦੇ ਵਿਰੋਧ 'ਚ ਖੜ ਕੇ ਉਹਨਾਂ ਨੂੰ ਗਾਲੀ ਗਲੋਚ ਕਰਨ ਲੱਗੇ ਉਹਨਾਂ ਦਾ ਬਾਈਕਾਟ ਕਰਨ ਲੱਗੇ ਮੇਰਾ ਮੇਰਾ ਵੀ ਇਹਨਾਂ ਨੇ ਬਾਈਕਾਟ ਕੀਤਾ ਪਿਆ ਹੈ ਨਾ ਜਾਂ ਮੁਰਦਾਬਾਦ ਕਹਿਣ ਲੱਗ ਗਏ ਜਿਹੜੇ ਕਿਸੇ ਨੂੰ ਅਦਬ ਸਿਖਾਉਂਦੇ ਆ ਕਿਸੇ ਨੂੰ ਡਿਸਪਲਿਨ ਸਿਖਾਉਂਦੇ ਆ ਜਾਂ ਸਾਡਾ ਜਾਬਤਾ ਦੱਸਦੇ ਆ ਉਹਨਾਂ ਦਾ ਜਾਬਤਾ ਇਹ ਸੀਗਾ ਵੀ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨੀ ਸਟੇਜ ਦੇ ਉੱਤੋਂ ਨਿਹੰਗ ਸਿੰਘਾਂ ਦੀ ਬੇਅਦਬੀ ਕਰਨੀ ਸਟੇਜ ਦੇ ਉੱਤੋਂ ਜਾਂ ਪੰਜਾਬ ਦੇ ਯੂਥ ਨੂੰ ਦੀ ਮੁਰਦਾਬਾਦ ਕਰਨੀ ਸਟੇਜ ਦੇ ਉੱਤੋਂ ਜਾਂ ਪੰਜਾਬ ਦੇ ਯੂਥ ਨੂੰ ਉੱਥੋਂ ਮਤਲਬ ਇਨਸਲਟ ਕਰਨੀ ਸਟੇਜਾਂ ਦੇ ਉਤੋਂ ਇਹ ਇਹਨਾਂ ਦੀ ਉੱਥੇ ਭੂਮਿਕਾ ਰਹੀ ਹੈ ਅੱਛਾ ਇਹਦੇ ਨਾਲ ਹੀ ਇੱਕ ਹੋਰ ਗੱਲਾਂ ਕੀਤੀਆਂ ਜਾਂਦੀਆਂ ਨੇ ਕਿ ਸਵਾਲ ਨਾ ਪੁੱਛੋ ਇਹ ਕਿਹੜਾ ਤਰੀਕਾ ਹੋਇਆ ਅਸੀਂ ਆਪਣੀ ਧਨਮਨਤਨ ਲਾਇਆ ਹੋਇਆ ਤੇ ਆਉਟਪੁੱਟ ਹਜੇ ਕੁਝ ਵੀ ਨਹੀਂ ਹੈਗੀ ਤਾਂ ਇਹ ਕਿ ਆ ਜਾਂਦਾ ਵੀ ਸਵਾਲ ਨਾ ਕਰੋ ਤੁਸੀਂ ਆਪਣੇ ਲੀਡਰਾਂ ਨੂੰ ਕਿਵੇਂ ਬੋਲਦੇ ਹੋ ਇਹ ਐ ਉਹ ਐ ਤਾਂ ਉਹਦਾ ਲੀਡਰਾਂ ਨੇ ਬੋਲਣ ਦਾ ਮੌਕਾ ਹੀ ਕਉਂ ਦਿੱਤਾ ਜੇ ਨੌਜਵਾਨਾਂ ਦੀ ਭੂਮਿਕਾ ਜਾਂ ਸਭ ਦੀ ਸਲਾਹ ਨਾਲ ਚੱਲਣ ਇੱਕ ਪਾਸੇ ਤਾਂ ਸਿੱਖਾਂ ਦਾ ਜਿਹੜਾ ਹੈਗਾ ਕੰਮ ਕਰਨ ਦਾ ਤਰੀਕਾ ਸੀਗਾ ਸਿੱਖ ਰਾਜ ਵੇਲੇ ਵੀ ਗੁਰੂਆਂ ਵੱਲੋਂ ਵੀ ਤੇ ਬੰਦਾ ਸਿੰਘ ਬਹਾਦਰ ਵੇਲੇ ਉਹ ਸਭ ਸਮਝਦੇ ਨਾਲ ਫੈਸਲੇ ਕਰਦੇ ਸੀਗੇ ਬੱਟ ਇਹ ਹਜੇ ਤੱਕ ਵੀ ਨੌਜਵਾਨਾਂ ਨੂੰ ਪਿੱਛੇ ਧੱਕਣ ਦੀ ਕੋਸ਼ਿਸ਼ ਕਰਦੇ ਨੇ ਵਿਚਾਰ ਨਹੀਂ ਕਰਦੇ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਲੋਕਾਂ 'ਚ ਅੰਨੀ ਨਾਰਾਜ਼ਗੀ ਹੈ ਇਹਨਾਂ ਦੇ ਉਲਟ ਸਵਾਲ ਪੁੱਛਣਗੇ ਤਾਂ ਉਹਨਾਂ ਨੂੰ ਜਵਾਬ ਵੀ ਦੇਣੇ ਪੈਣਗੇ ਜਿਹੜੇ ਇਹਨਾਂ ਕੋਲੇ ਹੈ ਨਹੀਂਗੇ ਤੇ ਨਾਲੇ ਮੈਂ ਤੁਹਾਨੂੰ ਐਂ ਦੱਸਦਾ ਹਾਂ ਰੱਬ ਅਕਾਲਪੁਰ ਖੈੜੀ ਵੱਡੀ ਸ਼ਕਤੀ ਆ ਚੈਲੰਜ ਕਰਨ ਵਾਲਿਆਂ ਨੇ ਤਾਂ ਉਹਨੂੰ ਵੀ ਚੈਲੰਜ ਕੀਤਾ ਰੱਬ ਤੇ ਵੀ ਸਵਾਲੀਆ ਚੈਨਲ ਆਇਆ ਕਿਰਾ ਇਹ ਹੁਣ ਰੱਬ ਤੋਂ ਵੀ ਵੱਡੇ ਹੋ ਗਏ ਵੀ ਇਹਨਾਂ ਤੋਂ ਕੋਈ ਸਵਾਲ ਨਹੀਂ ਕੀਤਾ ਜਾ ਸਕਦਾ ਆਲੀਡਰਾਂ ਤੋਂ ਫਿਰ ਇੰਨਾ ਹੀ ਤੇ ਉਹਨਾਂ 'ਚ ਫਰਕ ਕੀ ਆ ਇੱਕ ਲੀਡਰ ਅਸੀਂ ਚੋਣ ਲੈਨੇ ਆ ਉਹਨਾਂ ਦੀ ਸਰਕਾਰ ਬਣ ਜਾਂਦੀ ਆ 5 ਸਾਲ ਕਹਿੰਦੇ ਕੋਈ ਨਾ ਪੁੱਛੋ ਹੁਣ ਅਸੀਂ ਚੰਮਦੀਆਂ ਚਲਾਵਾਂਗੇ ਹੁਣ ਇਹਨਾਂ ਦੇ ਹੱਥ 'ਚ ਜਿਹੜਾ ਅਸੀਂ ਸੱਤਾ ਦਿੱਤੀ ਵੀ ਆ ਜਾਂ ਅਸੀਂ ਇਹਨਾਂ ਨੂੰ ਅੱਗੇ ਲਾਇਆ ਆ ਵੀ ਆ ਅਸੀਂ ਇਹਨਾਂ ਦੇ ਤੋਂ ਕੋਈ ਸਵਾਲ ਨਹੀਂ ਪੁੱਛ ਸਕਦੇ ਪਿੰਡਾਂ 'ਚ ਹੋਕੇ ਦਵਾ ਦਵਾ ਉਹਨਾਂ ਗੁਰੂ ਘਰਾਂ 'ਚ ਜਿਨ੍ਹਾਂ ਨੂੰ ਭੰਡਦੇ ਹੈਗੇ ਆ ਉਹਨਾਂ ਗੁਰੂ ਘਰਾਂ 'ਚ ਹੋਕੇ ਦਵਾ ਦਵਾ ਅਸੀਂ ਇਹਨਾਂ ਦੀਆਂ ਝੋਲੀਆਂ ਭਰ ਗਏ ਇਹਨਾਂ ਦੇ ਆਸਤੇ ਆ ਨਾਜ ਭੇਜ ਗਏ ਇਹਨਾਂ ਵਾਸਤੇ ਪੈਸਾ ਭੇਜ ਗਏ ਮੋਰਚੇ ਤੇ ਘੰਟੇ-ਘੰਟੇ ਬਾਅਦ ਪੈਸੇ ਦਾ ਐਲਾਨ ਕਰਦੇ ਆ ਕਿੰਨਾ ਪੈਸਾ ਇਕੱਠਾ ਹੋਇਆ 25-25 ਲੱਖ ਰੁਪਈਆ 20-20 ਲੱਖ ਰੁਪਈਆ ਨਿੱਤ ਦਾ ਉੱਥੇ ਇਹ ਮੋਰਚੇ ਨੂੰ ਦਿੱਤਾ ਜਾਂਦਾ ਬਾਹਰਲੇ ਸਿੱਖਾਂ ਨੇ ਬਾਹਰ ਦੇ ਜਿਹੜੇ ਹੈਗੇ ਆ ਲੋਕਾਂ ਨੇ ਕੋਈ ਕਦਰ ਨਹੀਂ ਛੱਡੀ ਕਿਸੇ ਕਿਸਮ ਦੀ ਸਹੂਲਤ ਦੇਣ ਦੀ ਉਹਨਾਂ ਤੋਂ ਇਹ ਵੀ ਹੱਥ ਆ ਡੜ ਕੇ ਮੰਗਦੇ ਹੈਗੇ ਆ ਤੇ ਉਹ ਸਾਰਾ ਕੁਝ ਤਾਂ ਆਫੀ ਕਰ ਗਏ ਪਰ ਅਸੀਂ ਇਹਨਾਂ ਨੂੰ ਸਵਾਲ ਨਹੀਂ ਪੁੱਛ ਸਕਦੇ ਇਹਨਾਂ ਤੇ ਪ੍ਰੋਟੈਕਸ਼ਨ ਲੱਗੀ ਵੀ ਆ ਵੀ ਜਿਵੇਂ ਨਾ ਇਹ ਮਤਲਬ ਕੋਈ ਇਹਨਾਂ ਤੇ ਲੈਮੀਨੇਸ਼ਨ ਹੋਈ ਵੀ ਆ ਵੀ ਇਹਨਾਂ ਨੂੰ ਅਸੀਂ ਛੜੀਟ ਪੈ ਜੂਗੀ ਜੇ ਅਸੀਂ ਇਹਨਾਂ ਨੂੰ ਸਵਾਲ ਮਾਰਾਂਗੇ ਸਵਾਲ ਕਰਾਂਗੇ ਹਾਂਜੀ ਉਹੀ ਗੱਲ ਹੈ ਕਿ ਨੌਬਤ ਕਿਉਂ ਹੋਵੇ ਤੁਸੀਂ ਕੰਮ ਹੀ ਇਹਨਾਂ ਦੇ ਕਰੋ ਸਵਾਲ ਉੱਠਣ ਹੀ ਬਿਲਕੁਲ ਇੱਕ ਤੁਸੀਂ ਕਿਵੇਂ ਦੇਖਦੇ ਹੋ ਹੁਣ ਪੰਜਾਬ ਨੂੰ ਜਿਵੇਂ ਖੇਤੀ ਕਾਨੂੰਨ ਤਾਂ ਜੇ ਰੱਦ ਨਹੀਂ ਹੋਏ ਠੰਡੇ ਬਸਤੇ ਕੰਮ ਚੱਲ ਰਿਹਾ ਦੂਜੇ ਪਾਸੇ 6 ਬਾਰ ਦੀ ਸੜਕ ਯੋਜਨਾ ਲਾਗੂ ਕੀਤੀ ਜਾ ਰਹੀ ਹੈ ਜਿਵੇਂ ਇੱਕ ਪੂਰਾ ਇਹ ਚੀਨ ਦਾ ਕੋਰੀਡੋਰ ਖੋਲਣ ਦੀ ਸੰਭਾਵਨਾ ਬਣੀ ਤਾਂ ਤੁਸੀਂ ਪੰਜਾਬ ਦੇ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਪੰਜਾਬ ਕਿਵੇਂ ਬਚ ਸਕਦਾ ਹੈ ਜਦ ਸਾਡਾ ਜਿਹੜਾ ਧਰਤੀ ਥੱਲੇ ਪਾਣੀ ਜਾ ਰਿਹਾ ਹੁਣ ਅੱਗੇ ਫਿਰ ਝੋਨੇ ਦਾ ਸੀਜ਼ਨ ਆ ਰਿਹਾ ਤਾਂ ਤੁਸੀਂ ਇਹ ਚੀਜ਼ਾਂ ਨੂੰ ਕਿਵੇਂ ਦੇਖਦੇ ਹੋ ਕਿ ਪੰਜਾਬ ਕਿਵੇਂ ਬਚ ਸਕਦਾ ਸਿੱਧਾ ਆਪਣੇ ਆਬਦੀਆਂ ਜ਼ਮੀਨਾਂ ਤੇ ਆਖਾ ਸਾਡੀਆਂ ਜ਼ਮੀਨਾਂ ਹਥਿਆਉਣਾ ਚਾਹੁੰਦੇ ਆ ਬਿੱਲਾਂ ਰਾਹੀਂ ਵੀ ਸਾਡੀਆਂ ਫਸਲਾਂ ਰੋਲ ਕੇ ਸਾਨੂੰ ਕਰਜ਼ਾਈ ਕਰਕੇ ਸਾਡੀਆਂ ਜ਼ਮੀਨਾਂ ਹਥਿਆਉਣਾ ਚਾਹੁੰਦੇ ਆ ਹੋਰ ਇਹਨਾਂ ਦਾ ਕੋਈ ਮਕਸਦ ਨਹੀਂ ਪੰਜਾਬ ਦੇ ਪਾਣੀਆਂ ਦਾ ਵੀ ਜਾਂ ਪਾਣੀ ਹੀਟਾਂ ਜਾਣ ਬੁੱਝ ਕੇ ਉਹ ਫਸਲਾਂ ਜਦੋਂ ਸਾਰਾ ਭਾਰਤ ਭੁੱਖਾ ਮਰਦਾ ਸੀ ਉਦੋਂ ਝੋਨਾ ਜਾਣ ਬੁੱਝ ਕੇ ਤੇਰਾ ਪੂੰਜੀ ਦੀਆਂ ਫਸਲਾਂ ਇੱਥੇ ਬਜਾਉਂਦੇ ਸੀਗੇ ਹੁਣ ਜਦੋਂ ਆਸੇ ਪਾਸੇੋਂ ਝੋਨਾ ਹੋਣ ਲੱਗ ਗਿਆ ਉਦੋਂ ਸਾਡੀ ਫਸਲ ਦੀ ਜਿਹੜੀ ਹੈਗੀ ਆ ਮਤਲਬ ਕੋਈ ਉਹਦਾ ਨਰਾਦਰੀ ਕੀਤੀ ਜਾਂਦੀ ਆ ਰੋਲਿਆ ਜਾਂਦਾ ਵੜਕਾਂ ਤੇ ਇਹ ਸਾਰਾ ਇਹ ਹੈ ਦੂਜਾ ਇਹ ਆ ਵੀ ਜਿਹੜੇ ਸਾਡੇ ਠੇਕੇਦਾਰ ਆ ਮੈਂ ਉਹਨਾਂ ਨੂੰ ਇਹ ਕਹਿੰਨਾ ਹੈ ਵੀ ਜੋ ਕਹਿੰਦੇ ਸਾਡੀ ਵਿਚਾਰਧਾਰਾ ਤੁਹਾਡੀ ਵਿਚਾਰਧਾਰਾ ਨੇ 1930 32 ਦੇ ਵਿੱਚ ਜਿਹੜਾ ਯੂਕਰੇਨ ਦੇ ਵਿੱਚ 7-8 ਲੱਖ ਕਥਾਨ ਮਾਰਤਾ ਜ਼ਮੀਨ ਬਦਲੇ ਸੈਲੈਂਡਰ ਥੀਮ ਚ ਕਿਹੜਾ ਜਿਹਨੂੰ ਤੁਸੀਂ ਹੋਲਡ ਹੋ ਮੋਰ ਦੀ ਮੂਵਮੈਂਟ ਕਹਿੰਦੇ ਆ ਉਹ ਵਿਚਾਰਧਾਰਾ ਜਿਹੜੀ ਮੋਦੀ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਆ ਮੋਦੀ ਵੀ ਹੌਲੀ ਹੌਲੀ ਸਾਨੂੰ ਜ਼ਮੀਨਾਂ ਦਾ ਹਥਿਆਉਣੀਆਂ ਚਾਹੁੰਦਾ ਹੈ ਪਹਿਲਾਂ ਸਾਡੀ ਫਸਲ ਦੀ ਬੇਕਦਰਹੀ ਕਰਕੇ ਫਿਰ ਸਾਨੂੰ ਕਰਜ਼ਾਈ ਕਰਕੇ ਸਾਡੀਆਂ ਜ਼ਮੀਨਾਂ ਖੋਹ ਦੇਣੀਆਂ ਉਹਨਾਂ ਫਸਲ ਜ਼ਮੀਨਾਂ ਤੇ ਹੀ ਕਬਜ਼ਾ ਕਰਕੇ ਸਾਨੂੰ ਉੱਥੇ ਹੀ ਦਿਹਾੜੀਆਂ ਕਰਵਾਉਣੀਆਂ ਤੇ ਜਿਹੜਾ ਮਾਰਕਸਵਾਦੀ ਰਜਿਮ ਹੈਗਾ ਮਾਰਕਸਵਾਦੀ ਵਿਚਾਰਧਾਰਾ ਉਹ ਵੀ ਇਹੀ ਕਹਿੰਦੀ ਆ ਜਿਹੜਾ ਇਹ ਯੂਕਰੇਨ ਚ ਹੋਇਆ ਹੈਗਾ ਉਹਦੇ ਚ ਵੀ ਇਹੀ ਕੁਝ ਹੋਇਆ ਵੀ ਜ਼ਮੀਨਾਂ ਹਥਿਆਉਣ ਮਤਲਬ ਹੀ ਉੱਥੋਂ ਦੇ ਵਿਚਾਰੇ ਕਥਾਨਾਂ ਨੂੰ ਤਾਂ ਤੁਸੀਂ ਮਾਰਿਆ ਹੈਗਾ ਸਟਾਲਿਨ ਨੇ ਮਾਰਿਆ ਤੇ ਇਹ ਵੀ ਜਿਉਂਦੇ ਆ ਵੀ ਜਿਹੜਾ ਇਹਨਾਂ ਦਾ ਇੱਕ ਵਿਚਾਰਧਾਰਾ ਨਾ ਵੀ ਜਿਹੜੀ ਜਮੀਨ ਜਮੀਨ ਦਾ ਤੇ ਸਰਕਾਰ ਦਾ ਅਧਿਕਾਰ ਹੋਊਗਾ ਤੁਹਾਨੂੰ ਉੱਥੇ ਕੰਮ ਕਰਨ ਦਾ ਮਿਹਨਤਾਨਾ ਦੇਵਾਂਗੇ ਮੁੱਲ ਦੇਵਾਂਗੇ ਐ ਬਰਾਬਰਤਾ ਉਹ ਸਿੱਧਾ ਇਹ ਜਮੀਨਾਂ ਉਹ ਵੀ ਨਹੀਂ ਤੁਹਾਨੂੰ ਜਿਹੜਾ ਹੈਗਾ ਜਮੀਨਾਂ ਦੇ ਵਾਰਸ ਬਣਾਉਣਾ ਚਾਹੁੰਦਾ ਮੋਦੀ ਜਮੀਨਾਂ ਦੇ ਵਾਰਸ ਇਹ ਵੀ ਨਹੀਂ ਬਣਾਉਣਾ ਚਾਹੁੰਦੇ ਉਹ ਵੀ ਤੁਹਾਨੂੰ ਦਿਹਾੜੀ ਬਣਾਉਣਾ ਚਾਹੁੰਦਾ ਇਹ ਵੀ ਦਿਹਾੜੀਏ ਬਣਾਉਣੇ ਚਾਹੁੰਦੇ ਆ ਫਰਕ ਕੀ ਆ ਸਾਡਾ ਬਿਲਕੁਲ ਬਿਲਕੁਲ ਦੂਜਾ ਇਹ ਆ ਵੀ ਜਿਹੜੇ ਦੁਨੀਆ ਦੇ ਹੋਰ ਕਾਮਰੇਡ ਹੈਗੇ ਆ ਉਹ ਉਹਨਾਂ 'ਚ ਫਰਕ ਆ ਉਹ ਕਹਿੰਦੇ ਸਾਰੇ ਸੰਸਾਰ ਦੇ ਮਜ਼ਦੂਰੋ ਇੱਕ ਹੋ ਜੋ ਉਹ ਕ੍ਰਾਂਤੀ ਨੂੰ ਵੀ ਵਰਲਡ ਲੈਵਲ ਤੇ ਵਾਚਦੇ ਆ ਵੀ ਜਿਹੜੀ ਕ੍ਰਾਂਤੀ ਆ ਸੰਸਾਰਕ ਪੱਧਰ ਤੇ ਆਊਗੀ ਤੇ ਉਹ ਜਿਹੜੀਆਂ ਲੋਕਲ ਸਰਕਾਰਾਂ ਐ ਦੇਸ਼ਾਂ ਦੀਆਂ ਸਰਕਾਰਾਂ ਰਾਜਾਂ ਦੀਆਂ ਸਰਕਾਰਾਂ ਉਹਨਾਂ ਦਾ ਵਿਰੋਧ ਕਰਦੇ ਆ ਰਾਸ਼ਟਰਵਾਦ ਦੇ ਉਲਟ ਆ ਉਹ ਭਾਰਤ 'ਚ ਨਵੀਂ ਪੁੱਠੀ ਹਵਾ ਚੱਲੀ ਭਾਰਤੀ ਜਿਹੜਾ ਮਾਰਕਸਵਾਦ ਨੂੰ ਵੀ ਰਾਸ਼ਟਰਵਾਦੀ ਸਪੋਰਟ ਕਰ ਰਹੀ ਆ ਜੋ ਮੋਦੀ ਕਹਿ ਰਿਹਾ ਉਹ ਇਹ ਕਹਿ ਰਿਹਾ ਹਨ ਇਥੋਂ ਦੀਆਂ ਜਿਹੜੇ ਲੋਕਲ ਕਲਚਰ ਦੇ ਹੈਗੇ ਆ ਸਿੱਖ ਆ ਜਾਂ ਹੋਰ ਆ ਜਿਹੜੇ ਲੋਕਲ ਸੰਭਿਆਚਾਰ ਵਾਲੋ ਉਹਨਾਂ ਦਾ ਵਿਰੋਧ ਕਰ ਰਹੇ ਹੈਗੇ ਆ ਨੇਸ਼ਨ ਸਟੇਟ ਦੇ ਹੱਕ 'ਚ ਭੋਗਤ ਰਹੇ ਹੈਗੇ ਆ ਜਦੋਂ ਕਿ ਮਤਲਬ ਇਹ ਵਰਲਡ ਲੈਵਲ ਤੇ ਵਿਸ਼ਵ ਕ੍ਰਾਂਤੀ ਦੀ ਗੱਲ ਕਰਦੇ ਆ ਤੇ ਜਿਹੜੀਆਂ ਦੇਸ਼ਾਂ ਦੀਆਂ ਸਰਕਾਰਾਂ ਦੇ ਰਾਸ਼ਟਰਵਾਦ ਦੇ ਇਹ ਹਮੇਸ਼ਾ ਹੀ ਆਲਟਰਾ ਹੈ ਤੇ ਬਿਲਕੁਲ ਹੀ ਇਹਨਾਂ ਦਾ ਵੱਖਰਾ ਸੁਭਾਅ ਹੈ ਕਮਰੇਟਾਂ ਦਾ ਇੱਥੇ ਮੈਨੂੰ ਇਸੇ ਗੱਲ ਤੋਂ ਯਾਦ ਰਿਆ ਜਿਵੇਂ ਹੀ 1984 ਦੀ ਮੂਵਮੈਂਟ ਨੂੰ ਖੜਕੂ ਸਿੰਘਾਂ ਨੂੰ ਬਦਨਾਮ ਕਰਦੇ ਸੀਗੇ ਪਰ ਅਸੀਂ ਆਪਣੇ ਚੈਨਲ ਤੋਂ ਵੀ ਜਿਵੇਂ नक्सਲਵਾੜੀ ਮੂਵਮੈਂਟ ਚੱਲ ਰਹੀ ਹੈ ਉਧਰ ਬਿਹਾਰ ਸਾਈਡ ਦੇ ਵਿੱਚ ਅਸੀਂ ਉਹਨੂੰ ਕਹਿੰਦੇ ਆ ਕਿ ਆਪਣੇ ਹੱਕਾਂ ਦੀ ਲੜਦੇ ਨੇ ਅਸੀਂ ਸਪੋਰਟ ਕਰਦੇ ਆ ਪਰ ਇੱਕ ਜੀ ਦੂਜਾ ਨਰੈਟਿਵ ਦੇਖਿਆ ਜਾਵੇ ਤਾਂ ਖੜਕੂ ਨੇ ਕਦੀ ਵੀ ਐਵੇਂ ਹਮਲਾ ਨਹੀਂ ਕੀਤਾ ਇਹ ਤੀਜੀ ਵਾਰ ਹੋ ਚੁੱਕਿਆ ਜਦੋਂ ਫੌਜ ਦੀ ਗੱਡੀ ਲੰਘ ਰਹੀ ਸੀ ਉਹਨਾਂ ਨੇ ਬੰਬ ਮਾਰਿਆ ਤੇ ਬੇਦੋਸ਼ੇ ਫੌਜੀ ਮਰ ਗਏ ਕਿਉਂਕਿ ਉਹ ਕਿਹੜਾ ਲੜਨ ਜਾ ਰਹੇ ਸੀ ਇਹਨਾਂ ਨਾਲ ਤਾਂ ਉਹਨੂੰ ਇਹ ਸਪੋਰਟ ਕਰਦੇ ਨੇ ਖੜਕੂ ਵਗਰ ਨੂੰ ਨਹੀਂ ਦਿੰਦੇ ਨੇ ਕਸ਼ਮੀਰ ਦੇ ਵਿੱਚ ਵੀ ਐਵੇਂ ਆ ਉਹ ਲੜ ਰਹੇ ਨੇ ਚੰਗੀ ਗੱਲ ਆਪਣੇ ਹੱਕਾਂ ਲਈ ਪਰ ਜੇ ਪੰਜਾਬ ਲੜਿਆ ਤਾਂ ਉਹਨਾਂ ਨੇ ਇਹਨਾਂ ਨੇ ਪੁੱਤਰੇ ਖਾਲਸਤਾਨੀ ਜਾਂ ਖਾਲਸਤਾਨੀ دہشتਗਰਦ ਸ਼ਬਦ ਵਰਤੇ ਆ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਦੇਖੋ ਸਾਡਾ ਐਥਿਕਸ ਸਾਡੇ ਵਾਰ ਦੇ ਐਥਿਕਸ ਸਾ ਸਿੱਖਾਂ ਨੂੰ ਗੁਰੂ ਨੇ ਜੋ ਕਾਇਦਾ ਦਿੱਤਾ ਹੈ ਭੱਜੇ ਜਾਂਦੇ ਤੇ ਵਾਰ ਨਹੀਂ ਕਰਨਾ ਬੱਚੇ ਬੁੱਢੇ ਤੇ ਔਰਤ ਤੇ ਵਾਰ ਨਹੀਂ ਕਰਨਾ ਅਸੀਂ ਉਹ ਨਭਾਇਆ ਹੈ ਸਾਡੇ ਨਾਂ ਤੇ ਕੁਝ ਘੱਟ ਨਵਾਂ ਬੱਸਾਂ ਚੋਂ ਕੱਢ ਕੇ ਮਾਰਨ ਵਾਲੀਆਂ ਜਿਨ੍ਹਾਂ ਨੂੰ ਇਹ ਰੱਖੀ ਇਹਨਾਂ ਨੂੰ ਬੜਾ ਹਾਈਲਾਈਟ ਕਰਦੇ ਜਦੋਂ ਕਿ ਸਾਡਾ ਉਹਦੇ ਚ ਕੋਈ ਹਿੱਸਾ ਨਹੀਂ ਸੀਗਾ ਸਾਡੇ ਨਾਂ ਤੇ ਸਰਕਾਰਾਂ ਨੇ ਉਹਨਾਂ ਦੀਆਂ ਪਾਲਤੂ ਬਿੱਲੀਆਂ ਨੇ ਜਿਹੜੀਆਂ ਕਾਲੀਆਂ ਬਿੱਲੀਆਂ ਨਹੀਂਆਂ ਹੋਰਾਂ ਨੇ ਉਹ ਕਾਰਜ ਕੀਤੇ ਸਿੱਖਾਂ ਨੇ ਕਦੇ ਦੀ ਸਪੋਰਟ ਨਹੀਂ ਕੀਤੀ ਕਿਸੇ ਵੀ ਨਿਹੱਥੇ ਤੇ ਵਾਰ ਕਰਨਾ ਜਾਂ ਕਿਸੇ ਵੀ ਜਿਹੜਾ ਹੈਗਾ ਆਮ ਬੰਦੇ ਤੇ ਵਾਰ ਕਰਨਾ ਸਾਡਾ ਸਿਧਾਂਤ ਇਹ ਨਹੀਂ ਕਹਿੰਦਾ ਗੁਰੂ ਨੇ ਲੜਾਈ ਦੇ ਵੀ ਜਿਹੜੇ ਸਿਧਾਂਤ ਦਿੱਤੇ ਆ ਗੁਰੂ ਸਾਹਿਬ ਤਿੰਨ ਅਗਲੇ ਨੂੰ ਮੌਕੇ ਦਿੰਦੇ ਆ ਫੇਰ ਉਹ ਵਾਰ ਕਹਿੰਦੇ ਵੀ ਵਾਰ ਐ ਨਹੀਂ ਕਰੀਦਾ ਐ ਕਰੀਦਾ ਵਾਰ ਕਰਨ ਦਾ ਤਰੀਕਾ ਸਿਖਾਉਂਦੇ ਹੈਗੇ ਆ ਤੇ ਅਸੀਂ ਬੜੇ ਜਿੰਨਾਂ ਨੂੰ ਇਹ ਅੱਤਵਾਦੀ ਕਹਿੰਦੇ ਆ ਬੜੇ ਖੜਕੂ ਸਿੰਘਾਂ ਦੀਆਂ ਮੈਂ ਇਤਿਹਾਸ ਪੜਿਆ ਡਿਊਟੀਆਂ ਲੱਗੀਆਂ ਵੀ ਤੁਸੀਂ ਫਲਾਨਾ ਬੰਦਾ ਹੁਣ ਬਹੁਤ ਖਰਾਬ ਕਰ ਰਿਹਾ ਤੇ ਇਹਦਾ ਕੰਮ ਕਰੋਗੇ ਅੱਗੋਂ ਉਹ ਬੰਦਾ ਜਦੋਂ ਉਹਨੂੰ ਮਤਲਬ ਮਾਰਨ ਜਾਂਦੇ ਆ ਉਹ ਘਰ ਆ ਜਾਂਦੇ ਆਪਣੇ ਬੱਚਿਆਂ ਨਾਲ ਖੇਡ ਰਿਹਾ ਆਪਣੇ ਪਰਿਵਾਰ ਚ ਬੈਠਾ ਇੱਕ ਵਾਰੀ ਨਹੀਂ ਤਿੰਨ ਤਿੰਨ ਚਾਰ ਚਾਰ ਵਾਰੀ ਉਸ ਬੰਦੇ ਨੂੰ ਛੱਡਿਆ ਜਿਹੜਾ ਬਹੁਤ ਕਣਾਉਣਾ ਪਾਪੀ ਸੀ ਜਿਹਨੇ ਬੜੇ ਸਿੱਖ ਜਿਹੜੇ ਹੈਗੇ ਆ ਮੁੰਡਿਆਂ ਦੇ ਮੁਕਾਬਲੇ ਬਣਾਏ ਸੀ ਪਰ ਉਹ ਆਪਦੀ ਫੈਮਲੀ ਚ ਬੈਠਾ ਉਹਨੂੰ ਛੱਡਤਾ ਉਹਨੂੰ ਮਾਰਿਆ ਨਹੀਂ ਤੇ ਉਹ ਬੱਚ ਵੀ ਗਿਆ ਆ ਸਾਡਾ ਕਰਦਾਰ ਸੀਦਾ ਇਹ ਕਿਹਨਾਂ ਦਾ ਕਰਦਾਰ ਹੈਗਾ ਜਿਵੇਂ ਇਹ ਮਾਰ ਰਹੇ ਸਾਡੀਆਂ ਵੀ ਇਹਨਾਂ ਨੇ ਮੁਖਬਰੀਆਂ ਕੀਤੀਆਂ ਤੇ ਜਦੋਂ ਸਾਡੀ ਗੱਲ ਆਉਂਦੀ ਓਦੋਂ ਤਾਂ ਸਾਨੂੰ ਅੱਤਵਾਦੀ ਕਿਹਾ ਜਾਂਦਾ ਜਦੋਂ ਆਪ ਮਾਸੂਮਾਂ ਨੂੰ ਮਾਰਦੇ ਆ ਓਦੋਂ ਤੁਸੀਂ ਕੀ ਆ ਕਿ ਇਹ ਸੋਚਣ ਵਾਲਾ ਕਿਰਨ ਸੋ ਇਹ ਸਾਰੇ ਵਿਚਾਰ ਸੀਗੇ ਉਮੀਦ ਕਰਦੇ ਆ ਕਿ ਤੁਸੀਂ ਇਸ ਪੂਰੇ ਵਿਚਾਰ ਚਰਚਾ ਦੇ ਵਿੱਚੋਂ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਪੰਜਾਬ ਦੇ ਹੱਕ ਸੱਚ ਦੇ ਲਈ ਤੁਸੀਂ ਚੰਗੇ ਇਹਦੇ ਵਿੱਚੋਂ ਸਵਾਲ ਲਾਉਂਗੇ ਤੇ ਆਪਣੇ ਪੰਜਾਬ ਨੂੰ ਬਚਾਉਣ ਦੇ ਲਈ ਤੁਸੀਂ ਜਾਗਰੂਕ ਹੋਵੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੇਖਦੇ ਰਹੋ ਜਾਗਰੂਕ ਕਿਰਤੀ ਪੰਜਾਬ 300 32 ਦੇ ਵਿੱਚ ਜਿਹੜਾ ਯੂਕਰੇਨ ਦੇ ਵਿੱਚ 7-8 ਲੱਖ ਕਥਾਨ ਮਾਰਤਾ ਜ਼ਮੀਨ ਬਦਲੇ ਸਾਲੰਦੇ ਰਜ਼ੀਮ ਚ ਕੇਰਾ ਜਿਹਨੂੰ ਤੁਸੀਂ ਹੋਲਡੋ ਮੋਰ ਦੀ ਮੂਵਮੈਂਟ ਕਹਿੰਦੇ ਆ ਉਹ ਵਿਚਾਰਧਾਰਾ ਜਿਹੜੀ ਮੋਦੀ ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਆ ਮੋਦੀ ਵੀ ਹੌਲੀ-ਹੌਲੀ ਸਾਨੂੰ ਜਮੀਨਾਂ ਦਾ ਹਥਿਆਉਣੀਆਂ ਚਾਹੁੰਦਾ ਹੈ ਪਹਿਲਾਂ ਸਾਡੀ ਫਸਲ ਦੀ ਬੇਕਦਰਹੀ ਕਰਕੇ ਫਿਰ ਸਾਨੂੰ ਕਰਜ਼ਾਈ ਕਰਕੇ ਸਾਡੀਆਂ ਜਮੀਨਾਂ ਖੋਹ ਦੇਣੀਆਂ ਉਹਨਾਂ ਫਸਲ ਜਮੀਨਾਂ ਤੇ ਹੀ ਕਬਜ਼ਾ ਕਰਕੇ ਸਾਨੂੰ ਉੱਥੇ ਹੀ ਦਿਹਾੜੀਆਂ ਕਰਵਾਉਣੀਆਂ ਤੇ ਜਿਹੜਾ ਮਾਰਕਸਵਾਦੀ ਰਜਿਮ ਹੈਗਾ ਮਾਰਕਸਵਾਦੀ ਵਿਚਾਰਧਾਰਾ ਉਹ ਵੀ ਇਹੀ ਕਹਿੰਦੀ ਆ ਜਿਹੜਾ ਇਹ ਯੂਕਰੇਨ ਚ ਹੋਇਆ ਹੈਗਾ ਉਹਦੇ ਚ ਵੀ ਇਹੀ ਕੁਝ ਹੋਇਆ ਵੀ ਜਮੀਨਾਂ ਹਥਿਆਉਣ ਮਤਲਬ ਹੀ ਉੱਥੋਂ ਦੇ ਵਿਚਾਰੇ ਕਥਾਨਾਂ ਨੂੰ ਤਾਂ ਤੁਸੀਂ ਮਾਰਿਆ ਹੈਗਾ ਸਟਾਲਿਨ ਨੇ ਮਾਰਿਆ ਤੇ ਇਹ ਵੀ ਚਾਹੁੰਦੇ ਆ ਵੀ ਜਿਹੜਾ ਇਹਨਾਂ ਦਾ ਇੱਕ ਵਿਚਾਰਧਾਰਾ ਨਾ ਵੀ ਜਿਹੜੀ ਜਮੀਨ ਜਮੀਨ ਦਾ ਤੇ ਸਰਕਾਰ ਦਾ ਅਧਿਕਾਰ ਹੋਊਗਾ ਤੁਹਾਨੂੰ ਉੱਥੇ ਕੰਮ ਕਰਨ ਦਾ ਮਿਹਨਤਾਨਾ ਦੇਵਾਂਗੇ ਮੁੱਲ ਦੇਵਾਂਗੇ ਐ ਬਰਾਬਰਤਾਉ ਸਿੱਧਾ ਇਹ ਜਮੀਨਾਂ ਉਹ ਵੀ ਨਹੀਂ ਤੁਹਾਨੂੰ ਜਿਹੜਾ ਹੈਗਾ ਜਮੀਨਾਂ ਦੇ ਵਾਰਸ ਬਣਾਉਣਾ ਚਾਹੁੰਦਾ ਮੋਦੀ ਜਮੀਨਾਂ ਦੇ ਵਾਰਸ ਇਹ ਵੀ ਨਹੀਂ ਬਣਾਉਣਾ ਚਾਹੁੰਦੇ ਉਹ ਵੀ ਸਾਨੂੰ ਦਿਹਾੜੀ ਬਣਾਉਣਾ ਚਾਹੁੰਦਾ ਇਹ ਵੀ ਦਿਹਾੜੀਏ ਬਣਾਉਣੇ ਚਾਹੁੰਦੇ ਆ ਫਰਕ ਕੀ ਆ ਸਾਡਾ ਬਿਲਕੁਲ ਬਿਲਕੁਲ ਦੂਜਾ ਇਹ ਆ ਵੀ ਜਿਹੜੇ ਦੁਨੀਆ ਦੇ ਹੋਰ ਕਾਮਰੇਡ ਹੈਗੇ ਆ ਉਹਨਾਂ ਚੋਂ ਫਰਕ ਆ ਉਹ ਕਹਿੰਦੇ ਸਾਰੇ ਸੰਸਾਰ ਦੇ ਮਜ਼ਦੂਰੋ ਇੱਕ ਹੋ ਜੋ ਉਹ ਕ੍ਰਾਂਤੀ ਨੂੰ ਵੀ ਵਰਲਡ ਲੈਵਲ ਤੇ ਬਾਜਦੇ ਆ ਵੀ ਜਿਹੜੀ ਕ੍ਰਾਂਤੀ ਆ ਸੰਸਾਰਿਕ ਪੱਧਰ ਤੇ ਆਊਗੀ ਤੇ ਉਹ ਜਿਹੜੀਆਂ ਲੋਕਲ ਸਰਕਾਰਾਂ ਐ ਦੇਸ਼ਾਂ ਦੀਆਂ ਸਰਕਾਰਾਂ ਰਾਜਾਂ ਦੀਆਂ ਸਰਕਾਰਾਂ ਉਹਨਾਂ ਦਾ ਵਿਰੋਧ ਕਰਦੇ ਆ ਰਾਸ਼ਟਰਵਾਦ ਦੇ ਉਲਟ ਆ ਉਹ ਭਾਰਤ 'ਚ ਨਵੀਂ ਪੁੱਠੀ ਹਵਾ ਚੱਲੀ ਭਾਰਤੀ ਜਿਹੜਾ ਮਾਰਕਸਵਾਦ ਨੂੰ ਵੀ ਰਾਸ਼ਟਰਵਾਦੀ ਸਪੋਰਟ ਕਰ ਰਹੀ ਆ ਜੋ ਮੋਦੀ ਕਹਿ ਰਿਹਾ ਉਹ ਇਹ ਕਹਿ ਰਿਹਾ ਹਨ ਇਥੋਂ ਦੀਆਂ ਜਿਹੜੇ ਲੋਕਲ ਕਲਚਰ ਦੇ ਹੈਗੇ ਆ ਸਿੱਖ ਆ ਜਾਂ ਹੋਰ ਆ ਜਿਹੜੇ ਲੋਕਲ ਸੰਭਿਆਚਾਰ ਵਾਲੋ ਉਹਨਾਂ ਦਾ ਵਿਰੋਧ ਕਰ ਰਹੇ ਹੈਗੇ ਆ ਨੇਸ਼ਨ ਸਟੇਟ ਦੇ ਹੱਕ 'ਚ ਭੋਗਤ ਰਹੇ ਹੈਗੇ ਆ ਜਦੋਂ ਕਿ ਮਤਲਬ ਇਹ ਵਰਲਡ ਲੈਵਲ ਤੇ ਵਿਸ਼ਵ ਕ੍ਰਾਂਤੀ ਦੀ ਗੱਲ ਕਰਦੇ ਆ ਤੇ ਜਿਹੜੀਆਂ ਦੇਸ਼ਾਂ ਦੀਆਂ ਸਰਕਾਰਾਂ ਦੇ ਰਾਸ਼ਟਰਵਾਦ ਦੇ ਹ ਹਮੇਸ਼ਾ ਹੀ ਆਲਟਰਾ ਹੈ ਤੇ ਬਿਲਕੁਲ ਹੀ ਇਹਨਾਂ ਦਾ ਵੱਖਰਾ ਸੁਭਾਅ ਹੈ ਕਾਮਰੇਡਾਂ ਦਾ ਇੱਥੇ ਮੈਨੂੰ ਇਸੇ ਗੱਲ ਤੋਂ ਝਾਤ ਰਿਆ ਜਿਵੇਂ 1984 ਦੀ ਮੂਵਮੈਂਟ ਨੂੰ ਖੜਕੂ ਸਿੰਘਾਂ ਨੂੰ ਬਦਨਾਮ ਕਰਦੇ ਸੀਗੇ ਪਰ ਅਸੀਂ ਆਪਣੇ ਚੈਨਲ ਤੋਂ ਵੀ ਜਿਵੇਂ नक्सਲਵਾੜੀ ਮੂਵਮੈਂਟ ਚੱਲ ਰਹੀ ਹੈ ਉਧਰ ਬਿਹਾਰ ਸਾਈਡ ਦੇ ਵਿੱਚ ਅਸੀਂ ਉਹਨੂੰ ਕਹਿੰਦੇ ਆ ਕਿ ਆਪਣੇ ਹੱਕਾਂ ਦੀ ਲੜਦੇ ਨੇ ਅਸੀਂ ਸਪੋਰਟ ਕਰਦੇ ਆਂ ਪਰ ਇੱਕ ਜੀ ਦੂਜਾ ਨਰੈਟਿਵ ਦੇਖਿਆ ਜਾਵੇ ਤਾਂ ਖੜਕੂ ਨੇ ਕਦੀ ਵੀ ਐਵੇਂ ਹਮਲਾ ਨਹੀਂ ਕੀਤਾ ਇਹ ਤੀਜੀ ਵਾਰ ਹੋ ਚੁੱਕਿਆ ਜਦੋਂ ਫੌਜ ਦੀ ਗੱਡੀ ਲੰਘ ਰਹੀ ਸੀ ਉਹਨਾਂ ਨੇ ਬੰਬ ਮਾਰਿਆ ਤੇ ਬੇਦੋਸ਼ੇ ਫੌਜੀ ਮਰ ਗਏ ਕਿਉਂਕਿ ਉਹ ਕਿਹੜਾ ਲੜਨ ਜਾ ਰਹੇ ਸੀ ਇਹਨਾਂ ਨਾਲ ਤਾਂ ਉਹਨੂੰ ਇਹ ਸਪੋਰਟ ਕਰਦੇ ਨੇ ਖੜਕੂ ਵਗਰ ਨੂੰ ਨਹੀਂ ਦਿੰਦੇ ਨੇ ਕਸ਼ਮੀਰ ਦੇ ਵਿੱਚ ਵੀ ਐਵੇਂ ਆ ਉਹ ਲੜ ਰਹੇ ਨੇ ਚੰਗੀ ਗੱਲ ਆਪਣੇ ਹੱਕਾਂ ਲਈ ਪਰ ਜੇ ਪੰਜਾਬ ਲੜਿਆ ਤਾਂ ਉਹਨਾਂ ਨੇ ਇਹਨਾਂ ਨੇ ਪੁੱਤਰੇ ਖਾਲਸਤਾਨੀ ਜਾਂ ਖਾਲਸਤਾਨੀ دہشتਗਰਦ ਸ਼ਬਦ ਵਰਤੇ ਆ ਤੁਸੀਂ ਇਹਨੂੰ ਕਿਵੇਂ ਵੇਖਦੇ ਹੋ ਦੇਖੋ ਸਾਡਾ ਐਥਿਕਸ ਸਾਡੇ ਵਾਰ ਦੇ ਐਥਿਕਸ ਸਾ ਸਿੱਖਾਂ ਨੂੰ ਗੁਰੂ ਨੇ ਜੋ ਕਾਇਦਾ ਦਿੱਤਾ ਹੈ ਫੱਜੇ ਜਾਂਦੇ ਤੇ ਵਾਰ ਨਹੀਂ ਕਰਨਾ ਬੱਚੇ ਬੁੱਢੇ ਤੇ ਔਰਤ ਤੇ ਵਾਰ ਨਹੀਂ ਕਰਨਾ ਅਸੀਂ ਉਹ ਨਭਾਇਆ ਹੈ ਸਾਡੇ ਨਾਂ ਤੇ ਕੁਝ ਘੱਟ ਨਵਾਂ ਬੱਸਾਂ ਚੋਂ ਕੱਢ ਕੇ ਮਾਰਨ ਵਾਲੀਆਂ ਜਿਨ੍ਹਾਂ ਨੂੰ ਇਹ ਰੱਖੀ ਇਹਨਾਂ ਨੂੰ ਬੜਾ ਹਾਈਲਾਈਟ ਕਰਦੇ ਜਦੋਂ ਕਿ ਸਾਡਾ ਉਹਦੇ 'ਚ ਕੋਈ ਹਿੱਸਾ ਨਹੀਂ ਸੀਗਾ ਸਾਡੇ ਨਾਂ ਤੇ ਸਰਕਾਰਾਂ ਨੇ ਉਹਨਾਂ ਦੀਆਂ ਪਾਲਤੂ ਬਿੱਲੀਆਂ ਨੇ ਜਿਹੜੀਆਂ ਕਾਲੀਆਂ ਬਿੱਲੀਆਂ ਨੇ ਜਾਂ ਹੋਰਾਂ ਨੇ ਉਹ ਕਾਰਜ ਕੀਤੇ ਸਿੱਖਾਂ ਨੇ ਕਦੇ ਇਹਦੀ ਸਪੋਰਟ ਨਹੀਂ ਕੀਤੀ ਕਿਸੇ ਵੀ ਨਿਹਾਥੇ ਤੇ ਵਾਰ ਕਰਨਾ ਜਾਂ ਕਿਸੇ ਵੀ ਜਿਹੜਾ ਹੈਗਾ ਆਮ ਬੰਦੇ ਤੇ ਵਾਰ ਕਰਨਾ ਸਾਡਾ ਸਿਧਾਂਤ ਇਹ ਨਹੀਂ ਕਹਿੰਦਾ ਗੁਰੂ ਨੇ ਲੜਾਈ ਦੇ ਵੀ ਜਿਹੜੇ ਸਿਧਾਂਤ ਦਿੱਤੇ ਆ ਗੁਰੂ ਸਾਹਿਬ ਤਿੰਨ ਅਗਲੇ ਨੂੰ ਮੌਕੇ ਦਿੰਦੇ ਆ ਫੇਰ ਉਹ ਵਾਰ ਕਹਿੰਦੇ ਵੀ ਆ ਵਾਰ ਐ ਨਹੀਂ ਕਰੀਦਾ ਐ ਕਰੀਦਾ ਵਾਰ ਕਰਨ ਦਾ ਤਰੀਕਾ ਸਿਖਾਉਂਦੇ ਹੈਗੇ ਆ ਤੇ ਅਸੀਂ ਬੜੇ ਜਿੰਨਾਂ ਨੂੰ ਇਹ ਅਤਵਾਦੀ ਕਹਿੰਦੇ ਆ ਬੜੇ ਖੜਕੂ ਸਿੰਘਾਂ ਦੀਆਂ ਮੈਂ ਇਤਿਹਾਸ ਪੜਿਆ ਡਿਊਟੀਆਂ ਲੱਗੀਆਂ ਵੀ ਤੁਸੀਂ ਫਲਾਨਾ ਬੰਦਾ ਹੁਣ ਬਹੁਤ ਖਰਾਬ ਕਰ ਰਿਹਾ ਤੇ ਇਹਦਾ ਕੰਮ ਘਰ ਉਹ ਕਰਾ ਅੱਗੋਂ ਉਹ ਬੰਦਾ ਜਦੋਂ ਉਹਨੂੰ ਮਤਲਬ ਮਾਰਨ ਜਾਂਦੇ ਆ ਉਹ ਘਰ ਆ ਆਪਣੇ ਬੱਚਿਆਂ ਨਾਲ ਖੇਡ ਰਿਹਾ ਆਪਣੇ ਪਰਿਵਾਰ ਚ ਬੈਠਾ ਇੱਕ ਵੇਰੀ ਨਹੀਂ ਤਿੰਨ ਤਿੰਨ ਚਾਰ ਚਾਰ ਵੇਰੀ ਉਸ ਬੰਦੇ ਨੂੰ ਛੱਡਿਆ ਜਿਹੜਾ ਬਹੁਤ ਕਣਾਉਣਾ ਪਾਪੀ ਸੀ ਜਿਹਨੇ ਬੜੇ ਸਿੱਖ ਜਿਹੜੇ ਹੈਗੇ ਆ ਮੁੰਡਿਆਂ ਦੇ ਮੁਕਾਬਲੇ ਬਣਾਏ ਸੀ ਪਰ ਉਹ ਆਪਦੀ ਫੈਮਿਲੀ ਚ ਬੈਠਾ ਉਹਨੂੰ ਛੱਡਤਾ ਉਹਨੂੰ ਮਾਰਿਆ ਨਹੀਂ ਤੇ ਉਹ ਬਾਅਦ ਚ ਵੀ ਗਿਆ ਆ ਸਾਡਾ ਕਰਦਾਰ ਸੀਗਾ ਇਹ ਕਿੰਨਾ ਦਾ ਕਰਦਾਰ ਹੈਗਾ ਜਿਵੇਂ ਇਹ ਮਾਰ ਰਹੇ ਸਾਡੀਆਂ ਵੀ ਇਹਨਾਂ ਨੇ ਮੁਖਬਰੀਆਂ ਕੀਤੀਆਂ ਤੇ ਜਦੋਂ ਸਾਡੀ ਗੱਲ ਆਉਂਦੀ ਓਦੋਂ ਤਾਂ ਸਾਨੂੰ ਅੱਤਵਾਦੀ ਕਿਹਾ ਜਾਂਦਾ ਜਦੋਂ ਆਪ ਮਾਸੂਮਾਂ ਨੂੰ ਮਾਰਦੇ ਆ ਓਦੋਂ ਤੁਸੀਂ ਕੀ ਆ ਕਿ ਇਹ ਸੋਚਣ ਵਾਲਾ ਕਿਰਾ ਸੋ ਇਹ ਸਾਰੇ ਵਿਚਾਰ ਸੀਗੇ ਉਮੀਦ ਕਰਦੇ ਆ ਕਿ ਤੁਸੀਂ ਇਸ ਪੂਰੇ ਵਿਚਾਰ ਚਰਚਾ ਦੇ ਵਿੱਚੋਂ ਪੰਜਾਬ ਦੀ ਚੜ੍ਹਦੀ ਕਲਾ ਦੇ ਲਈ ਪੰਜਾਬ ਦੇ ਹੱਕ ਸੱਚ ਦੇ ਲਈ ਤੁਸੀਂ ਚੰਗੇ ਇਹਦੇ ਵਿੱਚੋਂ ਸਵਾਲ ਲਾਉਂਗੇ ਤੇ ਆਪਣੇ ਪੰਜਾਬ ਨੂੰ ਬਚਾਉਣ ਦੇ ਲਈ ਤੁਸੀਂ ਜਾਗਰੂਕ ਹੋਵੋਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਵੇਖਦੇ ਰਹੋ ਜਾਗਰੂਕ ਕਿਰਤੀ ਪੰਜਾਬ